ਸਾਡੀ ਕੈਨੇਡੀਅਨ ਸਰਕਾਰ ਇੰਨੀ ਬੇਮਾਨੀ ਨੇ ਹਨਾ ਬੇਮਾਨ ਸੀਗੇ ਕਿ ਉਹਨਾਂ ਨੇ ਤੁਹਾਨੂੰ ਚਾਰ ਵਾਰੀ ਰਿਫਿਊਜ਼ਲ ਲਾ ਦਿੱਤਾ। ਬਹੁਤ ਵਧੀਆ ਲੱਗਦਾ, ਮੈਨੂੰ ਸੁਣ ਕੇ ਸਾਰਾ ਕੁਝ ਯਾਦ ਆ ਗਿਆ ਪੁਰਾਣਾ। ਤੁਸੀਂ ਪੂਰੀ ਸਟੱਡੀ ਕਰਕੇ ਆਏ, ਚਾਰ ਰਿਫਿਊਜ਼ਲ ਕੱਲਾ ਮੈਂ ਹੀ ਸੀ ਜਿਹੜਾ ਰਿਫਿਊਜ਼ ਹੋਇਆ ਸੀ, ਔਰ ਸਾਰੇ ਕੱਲਾ ਮੈਂ ਸੀ। ਕੱਲਾ ਅਕਿਊਲ ਰਿਫਿਊਜ਼ ਹੋਇਆ ਕੈਨੇਡਾ ਤੋਂ ਉਸ ਬਾਅਦ। ਬਹੁਤ ਵੱਡੀ ਗੱਲ, ਉਦੋਂ ਅਸੀਂ ਸੋਚਦੇ ਹੁੰਦੇ ਸੀ ਕਿ ਯਾਰ ਮੈਨੂੰ ਹੀ ਰੱਬ ਨੇ ਕਿਉਂ ਨਹੀਂ ਵੀਜ਼ਾ ਦਿੱਤਾ। ਪਰ ਬੜਾ ਦਿਲ ਟੁੱਟਾ ਹੋਣਾ ਉਹ ਟਾਈਮ। ਮੇਰਾ ਬੜਾ ਦਿਲ ਟੁੱਟਿਆ। ਹਰੇਕ ਬੰਦਾ ਆਪਣੀ ਕਿਸਮਤ ਦਾ ਹੀ ਖਾਂਦਾ, ਹੁਣ ਹਰੇਕ ਆਰਟਿਸਟ ਆ ਉਹ ਜੇ ਕੋਈ ਹਿੱਟ ਹੁੰਦਾ ਤਾਂ ਉਹਦੀ ਪਿੱਛੇ ਇੱਕ ਕਹਾਣੀ ਹੁੰਦੀ ਉਹਦੀ, ਹਰੇਕ ਬੰਦੇ ਦੀ। ਜਿੱਦਾਂ ਮੇਰੀ ਕਹਾਣੀ ਹੈ ਤਾਂ ਮੈਨੂੰ ਲੱਗਦਾ ਹਰੇਕ ਬੰਦੇ ਦੀ ਕਹਾਣੀ ਹੈ। ਥੋੜ੍ਹੀ ਬਹੁਤੀ ਆਪਾਂ ਗੱਲ ਕਰਦੇ ਸੀਗੇ ਅਤੇ ਯੂ ਨੋ ਤੁਹਾਡੇ ਗੀਤ ਆਪਾਂ ਜਦੋਂ ਅਸੀਂ ਰਸੋਈ ਪਹੁੰਚੇ ਹੋਏ ਸੀ ਦੇ ਵਿੱਚ ਅਤੇ ਬੈਕਗਰਾਊਂਡ ਦੇ ਵਿੱਚ ਚੱਲਦੇ ਸੀ ਅਤੇ ਤੁਸੀਂ ਕਹਿੰਦੇ ਸੀ ਕਿ ਯੂ ਨੋ ਸੁਖੀ ਮੈਂ ਆਪਣੇ ਗੀਤ ਆਪ ਨਹੀਂ ਕਦੀ ਸੁਣਦਾ, ਯੂ ਨੋ ਮੈਨੂੰ ਅਜੀਬ ਜਿਹਾ ਲੱਗਦਾ ਜਾਂ ਯੂ ਨੋ ਮੈਂ ਯੂ ਨੋ ਆਪਣੇ ਸ਼ੋਜ਼ ਨਹੀਂ ਕੋਈ ਵੇਖਦਾ ਬਾਅਦ 'ਚੋਂ ਸੁਣਦਾ ਨਹੀਂ, ਯੂ ਨੋ ਇਹਦੇ ਵਿੱਚ ਤੁਹਾਨੂੰ ਕਿਤੇ ਲੱਗਦੀ ਵੀ ਤੁਹਾਡੀ ਆਵਾਜ਼ ਵਿੱਚ ਕਮੀ ਹੈ ਕਿਉਂਕਿ ਜਿਹੜੇ ਤੁਹਾਡੇ ਸੁਣਨ ਵਾਲੇ ਆ ਚਾਹੁਣ ਵਾਲੇ ਆ ਹਰੇਕ ਦੇ ਜ਼ਬਾਨ ਉੱਤੇ ਤੁਹਾਡੇ ਗੀਤ ਆ ਪਰ ਤੁਹਾਨੂੰ ਕਾਹਤੇ ਲੱਗਦਾ ਵੀ ਮੈਂ ਨਹੀਂ ਆਪਣੇ ਗੀਤ ਨਹੀਂ ਸੁਣ ਸਕਦਾ? ਮੈਨੂੰ ਲੱਗਦਾ ਸਾਰਿਆਂ ਨਾਲ ਹੀ ਹੁੰਦਾ। ਤੁਸੀਂ ਵੀ ਆਪਣੀ ਇੰਟਰਵਿਊਸ ਦੇਖਦੇ ਆ? ਬਿਲਕੁਲ ਜੀ। ਤੁਹਾਨੂੰ ਚੰਗਾ, ਤੁਹਾਨੂੰ ਚੰਗਾ ਲੱਗ ਜੀ 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 ਮਤਲਬ ਕਈ ਵਾਰ ਤੁਹਾਨੂੰ ਆਪਣੇ ਆਪ ਨੂੰ ਦੇਖਣਾ ਇਦਾਂ ਲੱਗਦਾ ਰਹਿੰਦਾ ਮੇਰੇ 'ਚ ਆਹ ਕਮੀ ਆ, ਫਿਲਮ ਇੰਨੀ ਵਰਕ ਨਹੀਂ ਕੀਤੀ, ਇੰਨੀ ਚੱਲੀ ਨਹੀਂ, ਕੁਛ ਹੋਰ ਮੈਨੂੰ ਬੈਟਰ ਕਰਨਾ ਪੈਣਾ ਜੇ ਮੈਂ ਵਾਕਈ ਫਿਲਮਾਂ ਕੁਛ ਵਿੱਚ ਕੁਛ ਕਰਨਾ ਚਾਹੁੰਦਾ, ਮੈਨੂੰ ਕੋਈ ਇਦਾਂ ਦੀ ਕਹਾਣੀ ਇਦਾਂ ਦਾ ਕੁਛ ਕਰਨਾ ਪੈਣਾ ਜਿਹੜਾ ਮੇਰੇ ਜ਼ਿੰਦਗੀ ਨਾਲ ਮੇਰੇ ਮਿਊਜ਼ਿਕ ਨਾਲ ਸਾਰੇ ਪੱਖੋਂ ਵਧੀਆ ਹੋਵੇ, ਜਿਹੜਾ ਮਿਊਜ਼ੀਕਲ ਫਿਲਮ ਮੈਂ ਉਹਨਾਂ ਚਿਰ ਮੈਨੂੰ ਟਿਕਾ ਨਹੀਂ ਆਉਣਾ ਹੋਵੇ। ਤੁਹਾਨੂੰ ਕੀ ਲੱਗਦਾ ਤੁਸੀਂ ਆਊਟ ਆਫ ਦ ਬਾਕਸ ਜਾਓਗੇ ਥੋੜਾ ਜਿਹਾ ਆਪਣੇ ਕੈਰੈਕਟਰ ਤੋਂ ਜਾਂ ਤੁਸੀਂ ਅਕੀਲ ਹੀ ਰਹਿ ਕੇ ਇਹ ਕਰੋਗੇ? ਨਹੀਂ, ਮੈਂ ਜਾਣਾ ਚਾਹੁੰਦਾ। ਕਿਉਂ ਨਹੀਂ ਸਾਨੂੰ ਨਜ਼ਰ ਆਇਆ? ਉਹਨਾਂ ਨੇ ਤਾਂ ਈਵਨ ਮੈਨੂੰ ਆਪਣੇ ਇੰਸਟਾਗ੍ਰam ਪੋਸਟ ਵਿੱਚ ਵੀ ਮੈਂਸ਼ਨ ਨਹੀਂ ਸੀ ਕੀਤਾ, ਮੈਂ ਕਹਿ ਕੇ ਕਰਵਾਇਆ ਸੀ। ਸੋਸ਼ਲ ਮੀਡੀਆ ਦਾ ਕੀੜਾ ਨਾ ਬਹੁਤ, ਜਿਹੜੀ ਯੰਗ ਜਨਰੇਸ਼ਨ ਇਸ ਦੇ ਵਿੱਚ ਬਹੁਤ ਆ। ਪਿੱਛੇ ਜਾ ਕਿ ਦੁਨੀਆ ਦੀ ਤੈਨੂੰ ਸਭ ਤੋਂ ਭੈੜੀ ਜਗ੍ਹਾ ਕਿਹੜੀ ਲੱਗਦੀ ਹੈ ਦੁਨੀਆ 'ਚ? ਮੈਂ ਕਿਹਾ ਸੋਸ਼ਲ ਮੀਡੀਆ। ਮੈਂ ਲੇਜ਼ੀ ਬਹੁਤ ਹਾਂ। ਅੱਜ ਕੱਲ ਸਿੰਗਲ ਹੈ? 1.5 ਸਾਲ ਤੋਂ ਸਿੰਗਲ ਹਾਂ। ਅੱਛਾ, 1 ਸਾਲ 1.5 ਸਾਲ ਤੋਂ ਤੁਸੀਂ ਸਿੰਗਲ ਆ, ਕਾਫੇ ਪਤਾ ਨਹੀਂ ਹੁਣ ਬਸ ਸਿੰਗਲ ਕਾਫੇ ਦਾ ਨਹੀਂ ਪਤਾ ਨਹੀਂ ਕਿ ਮੈਨੂੰ ਹਮੇਸ਼ਾ ਲੋਕ ਸੁਣਦੇ ਰਹਿਣ, ਬਸ ਮੇਰਾ ਇਹ ਹੈ ਕਿ ਮੈਂ ਹਮੇਸ਼ਾ ਗਾਉਂਦਾ ਰਹਾਂ ਕਿਉਂਕਿ ਮੈਂ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਹੋਰ ਕਰ ਸਕਦਾ। ਸਾਨੂੰ ਪਤਾ ਹੈ ਵੀ ਤੁਸੀਂ ਬਹੁਤ ਪ੍ਰਾਈਵੇਟ ਰਹਿੰਦੇ ਆ, ਸੋਸ਼ਲ ਮੀਡੀਆ ਤੋਂ ਵੀ ਤੁਸੀਂ ਦੂਰ ਰਹਿੰਦੇ ਆ, ਪਰ ਜਿਹੜੀ ਗੱਲ ਤੁਸੀਂ ਕਦੀ ਨਾ ਸ਼ੇਅਰ ਕੀਤੀ ਹੋਵੇ ਕਿਉਂਕਿ ਅਸੀਂ ਹੈ ਨਾ ਬਹੁਤ ਤੁਹਾਡੇ 'ਤੇ ਰੀਸਰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਖੀਲ ਬੜਾ ਪ੍ਰਾਈਵੇਟ ਬੰਦਾ ਆ, ਇਹ ਗੱਲ ਅਸੀਂ ਜਾਣਦੇ ਹਾਂ। ਕਿਸੇ ਨੂੰ ਨਹੀਂ ਪਤਾ ਮੇਰੇ ਬਾਰੇ? ਕਿਸੇ ਨੂੰ ਵੀ ਤੁਹਾਡੇ ਬਾਰੇ ਪਤਾ ਹੋਵੇ? ਮੈਂ ਸ਼ਰਾਰਤੀ ਬਹੁਤ ਹਾਂ। ਜੇ ਅੱਜ ਮੈਂ ਤੁਹਾਡਾ ਫੋਨ ਖੋਲ ਕੇ ਦੇਖਾਂ ਨਾ, ਜਿਹੜੇ ਤੁਹਾਡੀ ਲਾਸਟ ਪਹਿਲਾਂ ਹੀ ਡਰ ਗਏ ਤੁਸੀਂ ਹੈ ਨਾ, ਅਖੀਲ ਕਹਿੰਦਾ ਓ ਮਾਈ ਗੋਡ ਜੇ ਕਿਤੇ ਖਲਾ ਨਾ ਲਵੇ। ਹੁਣ ਤੁਹਾਨੂੰ ਵੀ ਪਸੰਦ ਆ, ਮੈਨੂੰ ਵੀ ਪਸੰਦ ਆ, ਸੋ ਹੁਣ ਤੁਹਾਨੂੰ ਪਤਾ ਮੇਰਾ ਜ਼ਿਕਰ ਕਿੱਦਾਂ ਨੂੰ ਚੱਲਿਆ ਹੈ ਵੀ ਇੱਕ ਵੀਕ 'ਚ ਪੱਕੀ ਹੁੰਦੀ ਆ ਉਹਦੀ ਫਲਾਈਟ ਲੰਡਨ ਤੋਂ ਪੈਰਿਸ ਦੀ, ਖਾਣਾ ਬਦੋਸ਼ ਜਹੀ ਉਹਦੀ ਜ਼ਿੰਦਗੀ ਹੈ। ਸੁਰੀਲੀ ਆਵਾਜ਼ ਦੇ ਫਨਕਾਰ ਦ ਵਨ ਐਂਡ ਦੀ ਓਨਲੀ ਅਕੀਲ, ਯੈਸ, ਕਿਹੜੇ ਆ ਜਿਹਨਾਂ ਦੇ ਇਹ ਜਿਹੜੇ ਜਿਹੜਾ ਇਹਨਾਂ ਦੇ ਸੌਂਗਸ ਆ, ਇਹਨਾਂ ਦੇ ਗੀਤ ਆ, ਇਹਨਾਂ ਦੀ ਜਿਹੜੀ ਲਿਖਾਈ ਆ, ਕਿਹਦੇ ਕਿਹਦੇ ਜ਼ਬਾਨ ਦੇ ਉੱਤੇ ਨੀਗੇ? ਸੋ ਦ ਵਨ ਐਂਡ ਓਨਲੀ ਜਿਹੜੇ ਟੁੱਟੇ ਦਿਲਾਂ ਦੇ ਉੱਤੇ ਮਲਮ ਲਾਉਂਦੇ ਆ, ਜਿਹੜੇ ਆਸ਼ਕਾਂ ਲਈ ਲੌਂਗ ਡਰਾਈਵ ਦੇ ਜਿਹੜੇ ਐਂਥਮ ਲਿਖਦੇ ਆ ਅਤੇ ਗਾਉਂਦੇ ਆ, ਸੋ ਦ ਵਨ ਐਂਡ ਦੀ ਓਨਲੀ ਅਖੀਲ ਅੱਜ ਸਾਡੇ ਕੋਲ ਪਹੁੰਚੇ ਹੋਏ ਆ। ਸੋ ਇੰਟਰਵਿਊ ਬਹੁਤ ਖਾਸ ਹੋਣੀ ਬਿਕੋਜ਼ ਤੁਹਾਨੂੰ ਪਤਾ ਕਿ ਅਖੀਲ ਇੰਟਰਵਿਊਜ਼ ਬਹੁਤ ਘੱਟ ਦਿੰਦੇ ਆ, ਸੋ ਸਾਂਝਾ ਟੀਵੀ ਬਹੁਤ ਧੰਨਵਾਦ ਇਹਨਾਂ ਦਾ ਕਰਨਾ ਚਾਹੁੰਦਾ ਅਤੇ ਇਹਨਾਂ ਦੇ ਟੀਮ ਦਾ ਜਿਹੜੇ ਅੱਜ ਟਾਈਮ ਕੱਢ ਕੇ ਆਪਣੀ ਬਿਜ਼ੀ ਸਕੈਡਿਊਲ ਦੇ ਇੱਥੇ ਪਹੁੰਚੇ ਆ। ਸੋ ਜਿਹੜੇ ਕੁਛ ਗੀਤ ਆ ਰੂਹਾਂ ਲਈ ਲਿਖੇ ਜਾਂਦੇ ਆ ਅਤੇ ਗਾਏ ਜਾਂਦੇ ਆ, ਐਂਡ ਹੀ ਇਜ਼ ਅ ਪ੍ਰਾਈਮ ਐਗਜ਼ਾਮਪਲ ਆਫ ਦੈਟ। ਸੋ ਆਓ ਆਪਾਂ ਰਲ ਕੇ ਪਹਿਲੀ ਵਾਰੀ ਵੈਂਕੂਵਰ ਦੇ ਵਿੱਚ ਸ਼ੋਅ ਕਰਨ ਆ ਰਹੇ ਆ ਅਤੇ ਨਾਲ ਦੀ ਨਾਲ ਸਾਂਝਾ ਟੀਵੀ ਦੇ ਪਲੈਟਫਾਰਮ 'ਤੇ ਇਤਨੇ ਇੰਟਰਵਿਊ ਅੱਜ ਸਾਨੂੰ ਐਕਸਕਲੂਸਿਵ ਦੇਣੀ ਆ। ਸੋ ਰਲ ਕੇ ਅਤੇ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਕਰੀਏ ਟੂ ਦ ਵਨ ਐਂਡ ਓਨਲੀ ਅਖੀਲ। ਅਖੀਲ ਜੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ ਇਨਵਾਈਟ ਕਰਨ ਲਈ, ਥੈਂਕ ਯੂ ਸੋ ਮੱਚ। ਮੇਰੀ ਵੈਂਕੂਵਰ 'ਚ ਪਹਿਲੀ ਇੰਟਰਵਿਊ ਆ ਅਤੇ ਮੈਂ ਪਹਿਲੇ ਸ਼ੋਅ ਲਾਉਣ ਜਾ ਰਿਹਾ ਅਤੇ ਪਹਿਲੀ ਵਾਰੀ ਹੀ ਗੱਲਾਂ ਕਰਨ ਲੱਗਿਆ। ਬਹੁਤ ਬਹੁਤ ਥੈਂਕ ਯੂ, ਬੜੀਆਂ ਗੁੱਡ ਵਾਈਬਸ ਇਸ ਸ਼ਹਿਰ ਦੀਆਂ, ਬਹੁਤ ਆਪਣਾਪਨ ਫੀਲ ਹੁੰਦਾ ਪਿਆ, ਆਉਂਦੇ ਸਰ ਚਾਹ ਮਿਲ ਗਈ, ਬੜਾ ਇਦਾਂ ਲੱਗਦਾ ਨਹੀਂ ਕਿ ਬਾਹਰ ਆਏ ਹੋਏ ਆ, ਇਦਾਂ ਲੱਗਦਾ ਪੰਜਾਬ 'ਚ ਹੀ ਆ ਜੀ। ਕਿਉਂਕਿ ਯੂ ਨੋ ਮੇਰਾ ਖਿਆਲ ਵੈਂਕੂਵਰ ਸਟੋਰੀ ਇੱਕ ਮਿੰਨੀ ਪੰਜਾਬ ਮੰਨਿਆ ਜਾਂਦਾ ਆ, ਐਂਡ ਸੋ ਯੂ ਨੋ ਵੈਂਕੂਵਰ ਨੂੰ ਵੀ ਬਹੁਤ ਤੁਹਾਡੀ ਉਡੀਕ ਸੀ, ਬਾਹਾਂ ਖਿਲਾਰ ਕੇ ਅਸੀਂ ਵੇਟ ਕਰਦੇ ਸੀ ਕਦੋਂ ਅਖੀਲ ਸਾਡੇ ਸ਼ਹਿਰ ਆਊਗਾ, ਕਿਉਂਕਿ ਤੁਸੀਂ ਆਉਣ ਤੋਂ ਪਹਿਲਾਂ ਹੀ ਸਾਡੇ ਸਾਰਿਆਂ ਦੇ ਮਨਾਂ ਨੂੰ ਸਾਡੇ ਦਿਲਾਂ ਨੂੰ ਤੁਸੀਂ ਛੂਹ ਲਿਆ। ਯੂ ਨੋ ਇੱਕ ਅਜੀਬਪਣਾ ਜਿਹਾ ਨਹੀਂ ਲੱਗਦਾ ਕਿ ਅਸੀਂ ਤੁਹਾਨੂੰ ਪਹਿਲੀ ਵਾਰੀ ਮਿਲਿਆ, ਕਿਉਂਕਿ ਅਸੀਂ ਗੀਤਾਂ ਰਾਹੀਂ ਤੁਹਾਨੂੰ ਮਿਲਿਆ, ਤੁਹਾਨੂੰ ਸੁਣਿਆ, ਜਿਹੜੀ ਤੁਹਾਡੀ ਐਨਰਜੀ ਆ ਉਹ
ਅਸੀਂ ਪਹਿਲਾਂ ਤੋਂ ਅਸੀਂ ਜਿਹੜੇ ਤੁਹਾਡੇ ਵਾਈਬਸ ਆ ਅਸੀਂ ਨਾਲ ਲੈ ਕੇ ਤੁਰੇ ਫਿਰਦੇ ਹਾਂ ਸੋ ਬੜਾ ਵਧੀਆ ਲੱਗਦਾ ਅਤੇ ਉੱਤੋਂ ਦੀ ਤੁਸੀਂ ਦੁਆਬੇ ਦੇ ਆ ਰਾਈਟ ਸੋ ਉਹਦਾ ਕਰਕੇ ਵੀ ਆਪਣੀ ਜਿਹੜੀ ਆਈ ਥਿੰਕ ਜਿਹੜੀ ਆ ਵਾਈਬ ਮੈਚ ਕਰਦੀ ਆ ਸੋ ਅਖੀਲ ਇੱਕ ਟਾਈਮ ਇੱਦਾਂ ਹੁੰਦਾ ਸੀਗਾ ਕਿ ਤੁਸੀਂ ਇੱਥੇ ਸਰੀ ਦੇ ਵਿੱਚ ਖਾਸ ਕਰਕੇ ਕੈਨੇਡਾ ਦੇ ਵਿੱਚ ਤੁਸੀਂ ਆਉਣਾ ਚਾਹੁੰਦੇ ਸੀ ਸਟੂਡੈਂਟ ਦੇ ਤੌਰ 'ਤੇ ਹੈ ਨਾ ਤੁਸੀਂ ਇਹੋ ਜਿਹੇ ਖੁਆਬ ਵੇਖੇ ਸੀਗੇ ਕਿ ਮੈਂ ਵੀ ਕੈਨੇਡਾ ਜਾਊਂਗਾ ਯੂ ਨੋ ਮੈਂ ਉੱਥੇ ਜਾ ਕੇ ਪੜ੍ਹੂੰਗਾ ਜਾਂ ਮੈਂ ਉੱਥੇ ਪੜ੍ਹਾਈ ਲਿਖਾਈ ਕਰਕੇ ਕੋਈ ਨੌਕਰੀ ਕਰੂੰਗਾ ਹੈ ਨਾ ਬਟ ਯੂ ਨੋ ਸਾਡੀ ਕੈਨੇਡੀਅਨ ਸਰਕਾਰ ਇੰਨੀ ਬੇਮਾਨੀ ਹੈ ਨਾ ਬੇਮਾਨ ਸੀਗੇ ਕਿ ਉਹਨਾਂ ਨੇ ਤੁਹਾਨੂੰ 4 ਵਾਰੀ ਰਿਫਿਊਜ਼ਲ ਲਾ ਦਿੱਤੀ ਹੈ ਨਾ ਅਤੇ ਪਰ ਫਿਰ ਥੋੜ੍ਹੇ ਚਿਰਾਂ ਬਾਅਦ ਤੁਹਾਨੂੰ ਮੌਕਾ ਮਿਲਿਆ ਵੀ ਤੁਸੀਂ ਕੈਨੇਡਾ ਆਏ ਤੁਸੀਂ ਆਪਣੇ ਸ਼ੂਟਿੰਗਸ ਵੀ ਕੀਤੀ ਬਿਜ਼ਨਸ ਕਲਾਸ 'ਚ ਤੁਸੀਂ ਟਰੈਵਲ ਕੀਤਾ ਸ਼ੋਜ਼ ਲਾਏ ਤੁਸੀਂ ਸੋ ਯੂ ਨੋ ਅੱਜ ਹੋ ਸਕਦਾ ਸੀ ਵੀ ਤੁਸੀਂ ਵੀ ਇੱਥੇ ਸਾਡੇ ਨਾਲ ਬੈਠੇ ਹੁੰਦੇ ਆਮ ਜੇ ਇੱਕ ਸਟੂਡੈਂਟ ਬਣ ਕੇ ਜਾਂ ਯੂ ਨੋ ਕਿਸੇ ਰੈਸਟੋਰੈਂਟ ਦੇ ਓਨਰ ਜਾਂ ਊਬਰ ਟੈਕਸੀ ਚਲਾਉਂਦੇ ਸੋ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਕਿ ਇੱਕ ਟਾਈਮ ਤੁਹਾਡਾ ਖਾਬ ਸੀਗਾ ਵੀ ਮੈਂ ਕੈਨੇਡਾ 'ਚ ਆਵਾਂ ਅਤੇ ਅੱਜ ਤੁਸੀਂ ਇੱਕ ਵੱਡੇ ਇੱਕ ਸੈਲੈਬ੍ਰਿਟੀ ਨੇ ਵੱਡੇ ਕਲਾਕਾਰ ਆ ਸੋ ਕਿੱਦਾਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਮੈਨੂੰ ਸੁਣ ਕੇ ਸਾਰਾ ਕੁਝ ਯਾਦ ਆ ਗਿਆ ਪੁਰਾਣਾ ਤੁਸੀਂ ਪੂਰੀ ਸਟੱਡੀ ਕਰਕੇ ਆਏ 4 ਰਿਫਿਊਜ਼ਲ ਮੈਨੂੰ ਯਾਦ ਹੈ ਪਲੱਸ 2 ਤੋਂ ਬਾਅਦ ਉਦੋਂ ਨਵੇਂ ਨਵੇਂ ਵੀਜ਼ੇ ਲੱਗਣੇ ਸ਼ੁਰੂ ਹੋਏ ਸੀਗੇ ਅਸੀਂ ਸਾਰੇ ਪਲੱਸ 2 ਤੋਂ ਬਾਅਦ ਮੈਂ ਆਇਲਸ ਕੀਤੀ ਮੇਰੇ ਨਾਲ ਦੇ ਉਦੋਂ ਅਸੀਂ ਮੈਨੂੰ ਲੱਗਦਾ 30 ਤੋਂ 35 ਜਣੇ ਨੇ ਅਪਲਾਈ ਕੀਤਾ ਸੀ ਮੇਰੇ ਸਾਰੇ ਦੋਸਤਾਂ ਨੇ ਅਸੀਂ ਸਾਰੇ ਪੂਰੇ ਸਰਕਲ ਨੇ ਜਿੰਨੇ ਅਸੀਂ ਇਕੱਠੇ ਹੁੰਦੇ ਸੀਗੇ ਅਤੇ ਮੈਨੂੰ ਲੱਗਦਾ ਉਹਨਾਂ ਵਿੱਚੋਂ ਇਕੱਲਾ ਮੈਂ ਹੀ ਸੀ ਜਿਹੜਾ ਰਿਫਿਊਜ਼ ਹੋਇਆ ਸੀ ਰੱਬ ਨੇ ਕੁਛ ਹੋਰ ਸੋਚਿਆ ਸੀ ਮੈਂ ਫਿਰ ਅਪਲਾਈ ਕੀਤਾ 6 ਮਹੀਨਿਆਂ ਬਾਅਦ ਮੈਂ ਐਡਮਿਸ਼ਨ ਲੈ ਲਈ ਕਿਸੇ ਕਾਲਜ 'ਚ ਤੇ ਮੈਂ ਕਿਹਾ ਚੱਲ ਮੈਂ ਫਿਰ ਦੁਬਾਰਾ ਟਰਾਈ ਕਰਕੇ ਦੇਖਦਾ ਉਸ ਤੋਂ ਬਾਅਦ ਫਿਰ ਰਿਫਿਊਜ਼ ਹੋ ਗਿਆ ਫਿਰ ਮੈਂ ਇੱਕ ਵਾਰੀ ਹੋਰ ਲਾਇਆ ਸਾਲ ਕੁ ਬਾਅਦ ਮੈਂ ਫੇਰ ਹੋ ਗਿਆ ਫਿਰ ਮੈਂ ਕਿਹਾ ਹੁਣ ਤਾਂ ਇੱਥੇ ਰਹਿਣਾ ਪੈਣਾ ਇੰਨੇ ਰਿਫਿਊਜ਼ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਹੁਣ ਵੀਜ਼ਾ ਮਿਲਣਾ ਫਿਰ ਮੈਂ ਗ੍ਰੈਜੂਏਸ਼ਨ ਕੀਤੀ ਫਿਰ ਮੈਂ ਉੱਥੇ ਦਿਲ ਆਇਆ ਪੜ੍ਹਿਆ ਆਪਣੇ ਮਨ ਨੂੰ ਇੱਕ ਕਿਸਮ ਦਾ ਸਮਝਾ ਲਿਆ ਵੀ ਨਹੀਂ ਕਾਕਾ ਤੇਰਾ ਟਿਕਾਣਾ ਇਹ ਹੀ ਹੈ ਫਿਰ ਮੈਨੂੰ ਇਹ ਹੋ ਗਿਆ ਸੀ ਕਿ ਮੈਂ ਫਿਰ 뮤직 ਦੀ ਪੜ੍ਹਾਈ ਕਰਨ ਲੱਗ ਪਿਆ ਸੀ ਫਿਰ ਮੈਨੂੰ ਇਹ ਉਹਦੇ ਵਿੱਚ ਖੁਸ਼ੀ ਮਿਲਣ ਲੱਗ ਪਈ ਫਿਰ ਗਾਣੇ ਗੁਣੇ ਰਿਲੀਜ਼ ਕੀਤੇ 1-2-4 ਜਿਹੜੇ ਪਹਿਲੇ ਪਹਿਲੇ ਮੇਰੇ ਗਾਣੇ ਸੀਗੇ ਜੀ 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 ਫਿਰ ਵਧੀਆ ਦਿਲ ਲੱਗ ਗਿਆ ਫਿਰ YouTube ਤੇ ਗਾਣੇ ਪਾਉਣ ਲੱਗ ਪਿਆ ਹਲਕੇ ਫੁਲਕੇ ਲੋਕ ਵੀ ਜਾਣਨ ਲੱਗ ਪਏ ਇਹ 2013 ਦੀ ਗੱਲ ਹੈ ਇਹ ਦੋ ਹਾਂਜੀ 12-13 ਦੀ ਫਿਰ 14 'ਚ ਗਾਣਾ ਆਇਆ ਸੀ ਮੇਰਾ ਮਖੌਲ ਮਨੀ ਸੰਧੂ ਨੇ ਉਹ ਗਾਣੇ ਨੇ ਥੋੜ੍ਹਾ ਜਿਹਾ ਮੈਨੂੰ ਹਲਕਾ ਜਿਹਾ ਪੁਸ਼ ਦਿੱਤਾ ਮਤਲਬ ਬਹੁਤ ਜ਼ਿਆਦਾ ਨਹੀਂ ਪਰ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇੱਕ ਗਾਣਾ ਆਇਆ ਮਖੌਲ ਔਰ ਜਦੋਂ ਮੈਂ ਬੱਸ ਵਿੱਚ ਟਰੈਵਲ ਕਰਦਾ ਸੀ ਜਾਂ ਕਾਲਜ ਜਾਂਦਾ ਸੀ ਤੇ ਕਈਆਂ ਨੂੰ ਪਤਾ ਹੁੰਦਾ ਸੀ ਕਿ ਇਹਦਾ ਗਾਣਾ ਆਇਆ ਹੋਇਆ ਇਹਦਾ ਗਾਣਾ ਹਾਂਜੀ ਸੋ ਰੈਕਗਨੀਸ਼ਨ ਮੈਨ ਲੱਗ ਪਈ ਥੋੜੀ ਥੋੜੀ ਹਾਂਜੀ ਪਰ ਲਾਈਫ 'ਚ ਕੋਈ ਚੇਂਜ ਨਹੀਂ ਸੀ ਆਇਆ ਬੱਸ ਵਿੱਚ ਜਾਂਦਾ ਸੀ ਸ਼ਾਮ ਨੂੰ ਆ ਜਾਂਦਾ ਸੀ ਫਾਈਨੈਂਸ਼ਲੀ ਕੋਈ ਚੇਂਜ ਨਹੀਂ ਸੀ ਆਇਆ ਮਾੜਾ ਮਾੜਾ ਲੋਕ ਜਾਣਨ ਲੱਗ ਪਿਆ ਸੀ ਸੋਸ਼ਲ ਮੀਡੀਆ ਤੇ ਮੈਸੇਜ ਆਉਣ ਲੱਗ ਪਿਆ ਸੀ ਕਿ ਤੁਸੀਂ ਵਧੀਆ ਗਾਉਂਦੇ ਆ ਉਸ ਤੋਂ ਬਾਅਦ ਫਿਰ ਖੁਆਬ ਆਇਆ ਖੁਆਬ ਦੇ ਨਾਲ ਥੋੜਾ ਜਿਹਾ ਪੁਸ਼ ਮਿਲਿਆ ਥੋੜਾ ਜਿਹਾ ਨਹੀਂ ਕਾਫੀ ਪੁਸ਼ 2016 ਦੇ ਵਿੱਚ ਤਾਂ ਤੁਸੀਂ ਆਤੀ ਕਰਾ ਦਿੱਤੀ ਆਪਾਂ ਕਹਿ ਸਕਦੇ ਹਾਂ ਰਾਈਟ ਯਾ ਫਿਰ ਸ਼ੋਜ਼ ਵਗੈਰਾ ਸਟਾਰਟ ਹੋਏ ਫਿਰ ਥੋੜਾ ਜਿਹਾ ਫਾਈਨੈਂਸ਼ਲੀ ਵੀ ਸੈਟਲ ਹੋਇਆ ਫਿਰ ਗਾਣੇ ਅੱਗੇ ਦੇ ਅੱਗੇ ਹੋਰ ਆਉਣ ਲੱਗ ਪਏ ਫਿਰ ਸਾਰੇ ਗਾਣੇ ਮਤਲਬ ਵਧੀਆ ਵਧੀਆ ਨਿਕਲ ਗਏ ਵਧੀਆ ਚੱਲ ਗਏ ਗਾਣੇ ਵਧੀਆ ਵਧੀਆ ਟਾਈਮ ਸੀ ਉਹ ਬਹੁਤ ਚੰਗਾ ਵੀ ਲੱਗ ਰਿਹਾ ਸੀ ਕਿ ਪ੍ਰਮਾਤਮਾ ਨੇ ਬੜੇ ਟਾਈਮ ਬਾਅਦ ਮੇਰੀ ਉਹ ਚੀਜ਼ ਨੂੰ ਪੂਰਾ ਕੀਤਾ ਜਿਹਦੇ ਲਈ ਮੈਂ ਇੰਨੇ ਡ੍ਰੀਮਸ ਦੇਖੇ ਸੀਗੇ ਕਿ ਮੈਂ ਕਦੀ ਮੈਨੂੰ ਵੀ ਲੋਕ ਸੁਣਨਗੇ ਮੇਰੇ ਵੀ ਗਾਣੇ ਚੱਲਣਗੇ ਗੱਡੀਆਂ 'ਚ ਬੱਸਾਂ 'ਚ ਵਿਆਹਾਂ 'ਚ ਫਿਰ ਮੈਨੂੰ ਪਤਾ ਲੱਗਾ ਖੁਆਬ ਹਰ ਵਿਆਹ ਦਾ ਉਹ ਗਾਣਾ ਬਣਦਾ ਸੀ ਹਰ ਵਿਆਹ 'ਚ ਖੁਆਬ ਚੱਲਦਾ ਹੁੰਦਾ ਸੀ ਲੋਕਾਂ ਨੇ ਮੈਨੂੰ ਵੀਡੀਓਜ਼ ਬਣਾ ਕੇ ਭੇਜਣੀਆਂ ਸਲੋ ਡਾਂਸ ਉਹੀ ਹੈ ਨਾ ਕਿ ਲਵਰਸ ਐਂਥਮ ਬਣ ਗਿਆ ਇੱਕ ਹਾਂਜੀ ਹਾਂਜੀ ਬਸ ਫਿਰ ਵਧੀਆ ਸਾਰਾ ਕੁਝ ਵਧੀਆ ਹੋ ਗਿਆ ਗਾਣੇ ਅੱਜ ਤੱਕ ਕਰੀ ਜਾਂਦੇ ਆ ਪਰ ਹਾਂ ਠੀਕ ਹੈ ਉਦੋਂ ਸਟਰਗਲ ਇਹ ਹੁੰਦਾ ਸੀ ਕਿ ਚੱਲਣਾ ਕਿਸੇ ਤਰ੍ਹਾਂ ਹੁਣ ਸਟਰਗਲ ਕਾਫੀ ਸਾਲਾਂ ਤੋਂ ਇਹ ਚੱਲ ਰਿਹਾ ਕਿ ਬਣੇ ਕਿੱਦਾਂ ਰਹਿਣਾ ਉਹਨੂੰ ਮੇਨਟੇਨ ਕਿੱਦਾਂ ਕਰਨਾ ਮੈਨੂੰ ਲੱਗਦਾ ਕਿ ਤੁਹਾਡੀ ਜਰਨੀ ਹਮੇਸ਼ਾ ਚੱਲਦੀ ਰਹਿੰਦੀ ਹੈ ਕਦੀ ਵੀ ਇਦਾਂ ਨਹੀਂ ਹੁੰਦਾ ਕਿ ਵੀ ਹੁਣ ਆਹ ਕਰਨਾ ਸੀ ਤੇ ਪੂਰਾ ਹੋ ਗਿਆ ਮੈਨੂੰ ਲੱਗਦਾ ਤੁਹਾਨੂੰ ਹੋਰ ਬੈਟਰ ਕਰਨ ਦੀ ਹੁਣ ਅਗਲਾ ਕੰਪੀਟੀਸ਼ਨ ਪੁਰਾਣੇ ਗਾਣਿਆਂ ਨਾਲ ਮੈਂ ਆਪਣੇ ਪੁਰਾਣੇ ਗਾਣਿਆਂ ਨਾਲੋਂ ਬੈਟਰ ਗਾਣੇ ਕਿੱਦਾਂ ਕਰ ਕਿਸੇ ਸਿੰਗਰ ਨਾਲ ਨਹੀਂ ਕੰਪੀਟੀਸ਼ਨ ਕਿਸੇ ਲਿਰਿਸਿਸਟ ਨਾਲ ਨਹੀਂ ਤੁਹਾਡੇ ਆਪਣੇ ਆਪ ਨਾਲ ਇੱਕ ਕੰਪੀਟੀਸ਼ਨ ਆ ਤੁਸੀਂ ਕਹਿ ਸਕਦੇ ਆ ਕਿ ਹੁਣ ਆਪਣੇ ਪੁਰਾਣੇ ਗਾਣਿਆਂ ਨਾਲੋਂ ਬੈਟਰ ਗਾਣੇ ਕਿੱਦਾਂ ਬਣਾਉਣੇ ਆ ਉਹ ਮੈਨੂੰ ਲੱਗਦਾ ਕਿ ਕੰਪੀਟੀਸ਼ਨ ਕਰਕੇ ਕੋਈ ਫਾਇਦਾ ਤਾਂ ਕੋਈ ਹੈ ਨਹੀਂ ਹਰੇਕ ਬੰਦਾ ਆਪਣੀ ਕਿਸਮਤ ਦਾ ਹੀ ਖਾਂਦਾ ਹੁਣ ਹਰੇਕ ਆਰਟਿਸਟ ਆ ਉਹ ਜੇ ਕੋਈ ਹਿੱਟ ਹੁੰਦਾ ਤੇ ਉਹਦੀ ਪਿੱਛੇ ਇੱਕ ਕਹਾਣੀ ਹੁੰਦੀ ਹੈ ਉਹਦੀ ਹਰੇਕ ਬੰਦੇ ਦੀ ਜਿੱਦਾਂ ਮੇਰੀ ਕਹਾਣੀ ਹੈ ਇਦਾਂ ਮੈਨੂੰ ਲੱਗਦਾ ਹਰੇਕ ਬੰਦੇ ਦੀ ਕਹਾਣੀ ਹੈ ਇੱਕ ਜਰਨੀ ਹੈ ਸੋ
ਸਾਰੇ ਮਿਹਨਤ ਕਰਕੇ ਅੱਗੇ ਆਏ ਹੁੰਦੇ ਰਾਈਟ ਮੈਨੂੰ ਤਾਂ ਲੱਗਦਾ ਕਿ ਤੁਹਾਨੂੰ ਆਪਣੇ ਗਾਣੇ ਨਾਲੋਂ ਬੈਟਰ ਗਾਣੇ ਕਿੱਦਾਂ ਬਣਾਉਣੇ ਇਹ ਸੋਚਣਾ ਚਾਹੀਦਾ ਕਿ ਕਿਸੇ ਨਾਲੋਂ ਬੈਟਰ ਕਿੱਦਾਂ ਬਣਾਉਣ ਨਾਲੋਂ ਮੈਨੂੰ ਤਾਂ ਲੱਗਦਾ ਖੁਆਬ ਤੋਂ ਵੱਡਾ ਗਾਣਾ ਜਾਂ ਗਾਨੀ ਤੋਂ ਵੱਡਾ ਗਾਣਾ ਜਿੱਦਣ ਮੈਂ ਕਰੂੰਗਾ ਜਾਂ ਜਦੋਂ ਮੇਰੇ ਉਹਨਾਂ ਗਾਣਿਆਂ ਤੋਂ ਬੈਟਰ ਗਾਣੇ ਆਉਣਗੇ ਉਦੋਂ ਮੈਂ ਥੋੜਾ ਜਿਹਾ ਹੋਰ ਫੀਲ ਕਰੂੰਗਾ ਕਿ ਮੈਂ ਕੁਝ ਚੰਗਾ ਕੀਤਾ ਅਖੀਲ ਆਪਾਂ ਬਿਹਾਈਂਡ ਦ ਸੀਨਸ ਥੋੜੀ ਬੋਤੀ ਆਪਾਂ ਗੱਲ ਕਰਦੇ ਸੀਗੇ ਤੇ ਯੂ ਨੋ ਤੁਹਾਡੇ ਗੀਤ ਆਪਾਂ ਜਦੋਂ ਅਸੀਂ ਰਸੋਈ ਪਹੁੰਚੇ ਹੋਏ ਸੀ ਦੇ ਵਿੱਚ ਤੇ ਬੈਕਗ੍ਰਾਉਂਡ ਦੇ ਵਿੱਚ ਚੱਲਦੇ ਸੀ ਤੇ ਤੁਸੀਂ ਕਹਿੰਦੇ ਸੀ ਕਿ ਯੂ ਨੋ ਸੁਖੀ ਮੈਂ ਆਪਣੇ ਗੀਤ ਆਪ ਨਹੀਂ ਕਦੀ ਸੁਣਦਾ ਯੂ ਨੋ ਮੈਨੂੰ ਅਜੀਬ ਜਿਹਾ ਲੱਗਦਾ ਜਾਂ ਯੂ ਨੋ ਮੈਂ ਯੂ ਨੋ ਆਪਣੇ ਸ਼ੋਜ਼ ਨਹੀਂ ਕੋਈ ਵੇਖਦਾ ਬਾਅਦ 'ਚੋਂ ਸੁਣਦਾ ਨਹੀਂ ਯੂ ਨੋ ਇਹਦੇ ਵਿੱਚ ਤੁਹਾਨੂੰ ਕਿਤੇ ਲੱਗਦੀ ਵੀ ਤੁਹਾਡੀ ਆਵਾਜ਼ ਵਿੱਚ ਕਮੀ ਹੈ ਕਿਉਂਕਿ ਜਿਹੜੇ ਤੁਹਾਡੇ ਸੁਣਨ ਵਾਲੇ ਆ ਚਾਹੁਣ ਵਾਲੇ ਆ ਹਰੇਕ ਦੇ ਜ਼ਬਾਨ ਉੱਤੇ ਤੁਹਾਡੇ ਗੀਤ ਆ ਪਰ ਤੁਹਾਨੂੰ ਕਾਹਤੇ ਲੱਗਦਾ ਵੀ ਮੈਂ ਨਹੀਂ ਆਪਣੇ ਗੀਤ ਨਹੀਂ ਸੁਣ ਸਕਦਾ ਮੈਨੂੰ ਲੱਗਦਾ ਇਹ ਸਾਰਿਆਂ ਨਾਲ ਹੀ ਹੁੰਦਾ ਤੁਸੀਂ ਵੀ ਆਪਣੀ ਇੰਟਰਵਿਊਸ ਦੇਖਦੇ ਆ ਨਹੀਂ ਬਿਲਕੁਲ ਨਹੀਂ ਤੁਹਾਨੂੰ ਚੰਗਾ ਤੁਹਾਨੂੰ ਚੰਗਾ ਲੱਗ ਜੀ 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 ਮਤਲਬ ਕਈ ਵੇਲੇ ਤੁਹਾਨੂੰ ਆਪਣੇ ਆਪ ਨੂੰ ਦੇਖਣਾ ਇਦਾਂ ਲੱਗਦਾ ਰਹਿੰਦਾ ਮੇਰੇ 'ਚ ਆਹ ਕਮੀ ਆ ਮੇਰੇ ਇੱਥੇ ਸੁਰ ਵਧੀਆ ਨਹੀਂ ਲਾਇਆ ਮੇਰੇ ਕੋਲ ਆਹ ਲਾਈਨ ਨਹੀਂ ਵਧੀਆ ਕਹਿ ਹੋਈ ਕਾਸ਼ ਮੈਂ ਇਦਾਂ ਕਹਿ ਦਿੰਦਾ ਇਹ ਗਾਣੇ 'ਚ ਮੈਂ ਹੋਰ ਬੈਟਰ ਕਰ ਸਕਦਾ ਸੀ ਤਾਂ ਕਰਕੇ ਕਈ ਵੇਲੇ ਮੈਨੂੰ ਲੱਗਦਾ ਕਿ ਮੈਂ ਆਪਣਾ ਸਭ ਤੋਂ ਵੱਡਾ ਕ੍ਰਿਟਿਕਸ ਆਪ ਹੀ ਹਾਂ ਮੈਂ ਆਪਣੀ ਜਦੋਂ ਫਿਲਮ ਦਾ ਪ੍ਰੀਮੀਅਰ ਵੀ ਸੀ ਉਦੋਂ ਵੀ ਮੈਂ ਮੋਸਟ ਆਫ ਦਾ ਟਾਈਮ ਫੋਨ 'ਤੇ ਲੱਗਾ ਹੋਇਆ ਸੀ ਮੈਂ ਥੱਲੇ ਕਰਕੇ ਮੈਨੂੰ ਇਦਾਂ ਲੱਗਦਾ ਪਿਆ ਸੀ ਮੈਂ ਸਹੀ ਨਹੀਂ ਬੋਲ ਰਿਹਾ ਯਾਰ ਮੈਂ ਡਾਇਲੋਗ ਡਿਲੀਵਰੀ ਨਹੀਂ ਸਹੀ ਕਰ ਰਿਹਾ ਸੋ ਥੋੜ੍ਹਾ ਜਿਹਾ ਕੌਨਸ਼ੀਅਸ ਹੋ ਜਾਂਦਾ ਬੰਦਾ ਆਪਣੀ ਆਵਾਜ਼ ਸੁਣ ਕੇ ਕਿ ਯਾਰ ਆਹ ਗਾਣਾ ਹੋਰ ਬੈਟਰ ਗਾ ਸਕਦਾ ਸੀ ਮੈਂ ਇੱਦਾਂ ਹੀ ਸ਼ੋਜ਼ ਆ ਸ਼ੋਜ਼ ਦੀ ਜਦੋਂ ਘਰ ਜਾ ਕੇ ਵੀਡੀਓ ਦੇਖੀ ਦੀ ਕਹੀਦਾ ਯਾਰ ਉਹ ਇੱਥੋਂ ਮਿਸ ਕਰ ਗਿਆ ਮੈਂ ਇੱਥੇ ਸੁਰ ਛੱਡ ਗਿਆ ਇੱਥੋਂ ਥੋੜ੍ਹਾ ਜਿਹਾ ਤਾਲ ਵਿਗੜ ਗਈ ਸੋ ਕਈ ਵੇਲੇ ਤੁਹਾਨੂੰ ਬਾਅਦ ਸੁਣ ਕੇ ਜੀਵ ਲੱਗਦਾ ਇਸ ਕਰਕੇ ਮੈਂ ਸੁਣਦਾ ਹੀ ਨਹੀਂ ਬਾਅਦ 'ਚ ਤੁਸੀਂ ਹੁਣ ਆਪਣੀ ਜਿਹੜੀ ਫਿਲਮ ਦਾ ਤੁਸੀਂ ਇਹਦਾ ਜ਼ਿਕਰ ਕੀਤਾ ਪ੍ਰੀਤੀ ਸਪਰੂ ਇੱਕ ਬਹੁਤ ਵੱਡੇ ਹੋਣਹਾਰ ਕਲਾਕਾਰ ਸਾਡੀ ਇੰਡਸਟਰੀ ਦੇ ਵਿੱਚ ਬਹੁਤ ਚਿਰਾਂ ਤੋਂ ਇਹ ਜੁੜੇ ਹੋਏ ਆ ਸੱਚ ਅ ਬਿਗ ਨੇਮ ਇਨ ਇੰਡਸਟਰੀ ਸੋ ਪਹਿਲੀ ਗੱਲ ਤਾਂ ਤੁਸੀਂ ਵਧਾਈ ਦੇ ਪਾਤਰ ਕਿ ਉਹਨਾਂ ਨੇ ਤੁਹਾਨੂੰ ਅਪਰੋਚ ਕੀਤਾ ਉਹਨਾਂ ਦੀ ਜਿਹੜੀ ਇਹ ਮੂਵੀ ਸੀਗੀ ਸੋ ਮੂਵੀ ਦਾ ਨਾਂ ਸੀ ਤੇਰੀ ਮੇਰੀ ਗੱਲ ਬਣ ਗਈ ਤੁਸੀਂ ਰਵੀਨਾ ਬਾਜਵਾ ਦੇ ਨਾਲ ਤੁਸੀਂ ਕੀਤਾ ਕੋ ਸਟਾਰ ਸੋ ਇਹਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਪੂਰੇ ਆਪਣੇ ਕਿਰਦਾਰ ਦੇ ਵਿੱਚ ਸੀ ਵੀ ਜੋ ਸਕਰੀਨ ਦੇ ਉੱਤੇ ਦੇਖਣ ਨੂੰ ਮਿਲਿਆ ਅਖੀਲ ਉਹੀ ਰੀਅਲ ਲਾਈਫ ਦੇ ਵਿੱਚ ਹਾਂਜੀ ਤੁਸੀਂ ਕਹਿ ਸਕਦੇ ਸੀ ਨੇੜੇ ਤੇੜੇ ਸੀ ਬਹੁਤ ਨੇੜੇ ਤੇੜੇ ਸੀ ਹਾਂਜੀ ਸੋ ਇਹ ਕੁਝ ਸੁਪਨਾ ਸੀਗਾ ਤੁਹਾਡਾ ਕਿ ਮੈਂ ਫਿਲਮਾਂ ਦੇ ਵਿੱਚ ਮੈਨੂੰ ਪਤਾ ਆਫਰਸ ਤੁਹਾਨੂੰ ਪਹਿਲਾਂ ਵੀ ਬਹੁਤ ਮਿਲੀ ਸੀ ਪਰ ਯੂ ਕੈਪਟ ਟਰਨਿੰਗ them down ਮੇਰਾ ਸੁਪਨਾ ਨਹੀਂ ਸੀ ਬਸ ਮੈਂ ਕਰ ਲਈ ਮੈਨੂੰ ਮੈਂ ਸੋਚਿਆ ਨਹੀਂ ਸੀ ਕਿ ਮੈਂ ਕਰਨੀ ਹੈ ਪਰ ਹਾਂ ਮੈਂ ਸੁਣਦਾ ਰਹਿੰਦਾ ਹੁੰਦਾ ਸੀ ਕਿ ਜਿੱਦਣ ਕੋਈ ਚੰਗੀ ਕਹਾਣੀ ਆਈ ਮੈਂ ਕਰ ਲੂੰਗਾ ਪਰ ਤੁਹਾਨੂੰ ਵੀ ਪਤਾ ਹੀ ਹੈ ਕਿ ਫਿਲਮ ਇੰਨੀ ਵਰਕ ਨਹੀਂ ਕੀਤੀ ਇੰਨੀ ਚੱਲੀ ਨਹੀਂ ਆਪਾਂ ਇਹਨੂੰ ਕਈ ਵਾਰੀ ਆਪਾਂ ਚੀਜ਼ਾਂ ਦੇਖਦੇ ਆਪਾਂ ਸੇਲਸ ਦੇਖਦੇ ਹਾਂ ਬਾਕਸ ਆਫਿਸ ਰਿਵਿਊਜ਼ ਦੇਖਦੇ ਹਾਂ ਹਨਾ ਤੇ ਇਹਨੂੰ ਪਰ ਫਿਰ ਵੀ ਇੱਕ ਜਿਹੜੀ ਫਿਲਮ ਤੁਸੀਂ ਸ਼ੁਰੂ ਕਰਨੀ ਕੰਪਲੀਟ ਕਰਨੀ ਉਹ ਆਪਸ ਵਿੱਚ ਇੱਕ ਕਾਮਯਾਬੀ ਹੁੰਦੀ ਹੈ ਰਾਈਟ ਯੈਸ ਡੈਫੀਨਿਟਲੀ ਉਦਾਂ ਸਭ ਕੁਝ ਬਹੁਤ ਵਧੀਆ ਸੀ ਬਹੁਤ ਵਧੀਆ ਐਕਸਪੀਰੀਅੰਸ ਸੀ ਗੁੱਗੂ ਭਾਜੀ ਨਾਲ ਕੰਮ ਕੀਤਾ ਮੈਂ ਉਹਨਾਂ ਕੰਮ ਕੀਤਾ ਕਰਮਜੀਤ ਭਾਜੀ ਸਾਰੇ ਵਿੱਚ ਵਧੀਆ ਆਰਟਿਸਟ ਸੀ ਮੈਂ ਤਾਂ ਪਤਾ ਵੀ ਨਹੀਂ ਸੀ ਉਹਦਾ ਊੜਾ ਏੜਾ ਵੀ ਨਹੀਂ ਆਉਂਦਾ ਸੀ ਫਿਲਮਾਂ ਦਾ ਫਿਲਮ ਹੈ ਕੀ ਚੀਜ਼ ਹੁੰਦੀ ਕਿੱਦਾਂ ਕੈਮਰੇ ਮੋਰੇ ਬੋਲਦੇ ਪਰ ਠੀਕ ਹੈ ਮੈਨੂੰ ਲੱਗਦਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹ ਸਾਰਿਆਂ ਨਾਲ ਰਹਿ ਕੇ ਇਹ ਸਾਰੇ ਇੰਨੇ ਐਕਸਪੀਰੀਅੰਸ ਸਾਰਿਆਂ ਨੇ 100-100 ਡੇਢ-ਡੇਢ 200-200 ਫਿਲਮਾਂ ਕੀਤੀਆਂ ਹੋਈਆਂ ਮੇਰੇ ਲਈ ਵਧੀਆ ਇੱਕ ਵਧੀਆ ਪ੍ਰੋਜੈਕਟ ਸੀ ਸਿੱਖਣ ਲਈ ਪਰ ਮੈਨੂੰ ਇਦਾਂ ਲੱਗਦਾ ਕਿ ਕੁਛ ਹੋਰ ਮੈਨੂੰ ਬੈਟਰ ਕਰਨਾ ਪੈਣਾ ਜੇ ਮੈਂ ਵਾਕਈ ਫਿਲਮਾਂ ਕੁਛ ਵਿੱਚ ਕੁਛ ਕਰਨਾ ਚਾਹੁੰਦਾ ਮੈਨੂੰ ਕੋਈ ਇਦਾਂ ਦੀ ਕਹਾਣੀ ਇਦਾਂ ਦਾ ਕੁਛ ਕਰਨਾ ਪੈਣਾ ਜਿਹੜਾ ਮੇਰੇ ਜ਼ਿੰਦਗੀ ਨਾਲ ਮੇਰੇ ਮਿਊਜ਼ਿਕ ਨਾਲ ਸਾਰੇ ਪੱਖੋਂ ਵਧੀਆ ਹੋਵੇ ਜਿਹੜਾ ਮਿਊਜ਼ੀਕਲ ਫਿਲਮ ਮੈਂ ਹਮੇਸ਼ਾ ਸੋਚਦਾ ਮੈਂ ਕਿ ਮਿਊਜ਼ੀਕਲ ਫਿਲਮ ਕਰਨੀ ਹੈ ਸਮਥਿੰਗ ਵੈਰੀ ਡਿਫਰੈਂਟ ਹੈ ਨਾ ਹਾਂ ਸੋ ਉਹ ਮੇ ਵੀ ਅਸੀਂ ਜਲਦੀ ਉਹਨੂੰ ਟਰਾਈ ਕਰਾਂਗੇ ਕੁਝ ਨਵੀਂ ਕਹਾਣੀ ਨਵੀਂ ਚੀਜ਼ ਸੁਣਨ ਦੀ ਪਰ ਠੀਕ ਸੀ ਉਹ ਮੇਰਾ ਪਹਿਲਾ ਐਕਸਪੀਰੀਅੰਸ ਸੀ ਮੇਰਾ ਪਹਿਲਾ ਆਫਰ ਸੀ ਕਿਸੇ ਨੇ ਮੇਰੇ ਤੇ ਟਰਸਟ ਕੀਤਾ ਮੇਰੇ ਤੇ ਇਨਵੈਸਟ ਕੀਤਾ ਸੋ ਉਹ ਮੇਰੇ ਲਈ ਹਮੇਸ਼ਾ ਸਪੈਸ਼ਲ ਰਹੀ ਸੋ ਇੱਕ ਬੜੀ ਪੋਜ਼ਿਟਿਵ ਚੀਜ਼ ਹੈ ਇਹਦੇ ਵਿੱਚ ਵੀ ਇਹ ਨਹੀਂ ਵੀ ਤੁਸੀਂ ਡੀਮੋਟੀਵੇਟ ਨਹੀਂ ਹੋਈ ਵੀ ਮੈਂ ਅੱਗੇ ਕਰਨੀਆਂ ਹੀ ਨਹੀਂ ਕੋਈ ਫਿਲਮਸ ਵੀ ਹੋ ਸਕਦਾ ਹੁਣ ਇਤੋਂ ਥੋੜੀ ਜਿਹੀ ਇਨਸਪੀਰੇਸ਼ਨ ਪਰ ਤੁਸੀਂ ਆਪਣਾ ਮਾਈਂਡਸੈਟ ਲਾ ਕੇ ਇਹਨੂੰ ਆਪਣੇ ਤਰੀਕੇ ਨਾਲ ਬਣਾਓ ਹੁਣ ਵੀ ਕਹਿੰਦੇ ਨੇ ਜਦੋਂ ਤੁਸੀਂ ਜ਼ਿਆਦਾ ਤੁਸੀਂ ਛੇੜੋ ਨਾ ਚੀਜ਼ ਨੂੰ ਜੇ ਫਿਰ ਛੇੜ ਦੋ ਫਿਰ ਉਹਨੂੰ ਪੂਰਾ ਕਰੋ ਪਰ ਮੈਨੂੰ ਇਹ ਹੈ ਕਿ ਹੁਣ ਮੈਂ ਇੱਕ ਚੰਗੀ ਫਿਲਮ ਜਦ ਤੱਕ ਕਰ ਨਹੀਂ ਲੈਂਦਾ ਯਾਨੀ ਕਿ ਜਿਹੜੀ ਮੇਰੀ ਮੈਨੂੰ ਇਦਾਂ ਲੱਗੇ ਕਿ ਇਹ ਮੇਰਾ ਅੱਜ ਤੱਕ ਦਾ ਬੈਸਟ ਕੰਮ ਸੀ ਉਹਨਾਂ ਚਿਰ ਮੈਨੂੰ ਟਿਕਾ ਨਹੀਂ ਆਉਣਾ ਹੁਣ ਤੁਹਾਨੂੰ ਕੀ ਲੱਗਦਾ ਤੁਸੀਂ ਆਊਟ ਆਫ ਦਾ ਬਾਕਸ ਜਾਓਗੇ ਥੋੜਾ ਜਿਹਾ ਆਪਣੇ ਕੈਰੈਕਟਰ ਤੋਂ ਜਾਂ ਤੁਸੀਂ ਅਖੀਲ ਹੀ ਰਹਿ ਕੇ ਨਹੀਂ ਮੈਂ ਜਸ ਮੈਂ ਜਾਣਾ ਚਾਹੁੰਦਾ ਕਿਉਂਕਿ ਮੈਂ ਪੂਰੀ ਜ਼ਿੰਦਗੀ ਇਸ ਮਾਸ਼ੀ ਵਾਲੇ ਨਹੀਂ ਨਹੀਂ ਇਦਾਂ ਵੀ ਨਹੀਂ ਮਤਲਬ ਥੋੜਾ ਜਿਹਾ ਮਤਲਬ ਥੋੜਾ ਜਿਹਾ ਮੇਰੇ ਕਿਰਦਾਰ ਨਾਲ ਮਿਲਦਾ ਜੁਲਦਾ ਪਰ ਥੋੜਾ ਜਿਹਾ ਡਿਫਰੈਂਟ ਮਤਲਬ ਜ਼ਿਆਦਾ ਵੀ ਨਹੀਂ ਆਫ ਹੋ ਸਕਦੇ ਆਪਾਂ ਕਿ ਲੋਕਾਂ ਨੂੰ ਪਚਾ ਹੀ ਨਾ ਕਿ ਯਾਰ ਇਹਨੂੰ ਕੀ ਹੋ ਗਿਆ ਇਹ ਕਿ ਤੁਸੀਂ ਆਪਣੇ ਦਿਲੋਂ ਕਰ ਰਹੇ ਆ ਜਾਂ ਲੋਕਾਂ ਵਾਸਤੇ ਕਰ ਰਹੇ ਆ ਵੀ ਤੁਹਾਨੂੰ ਲੱਗਦਾ ਕਿ ਕਿਉਂਕਿ ਹੁਣ ਜੇ ਅਸੀਂ ਦੇਖੀਏ ਅਖੀਲ ਇੱਕ ਰੋਮੈਂਟਿਕ ਸੌਂਗ ਸਿੰਗਰ ਤੁਹਾਡੀ ਲੇਬਲ ਲੱਗ ਗਈ ਆ ਹਨਾ ਕਿ ਤੁਹਾਡੇ ਜਿਹੜੇ ਗੀਤ ਤੇ ਪਲੀਜ਼ ਤੁਸੀਂ ਚੇਂਜ ਨਾ ਕਰਿਓ ਦੂਜੇ ਗੀਤ ਤੁਹਾਨੂੰ ਕਾਫੀ ਤੁਹਾਡੇ ਫੈਨਸ ਕਹਿੰਦੇ ਆ ਦੂਜੇ ਗੀਤ ਨਾ ਗਾਇਆ ਤੁਹਾਨੂੰ ਆਹੀ ਸੱਜਦੇ ਆ ਹਨਾ ਸੋ ਪਰ ਯੂ ਨੋ ਜਿੱਦਾਂ ਤੁਸੀਂ ਕਹਿੰਦੇ ਵੀ ਜਿਹੜਾ ਯੂ ਨੋ ਹਾਰਡੈਸਟ ਡੇ ਇਨ ਦ ਗੇਮ ਜਿਹੜੀ ਦੌੜ ਆ ਕਿਉਂਕਿ ਸਿੰਗਰਸ ਦਾ ਆਪਾਂ ਪਤਾ
ਹੁਣ ਤੁਸੀਂ ਬਾਲੀਵੁੱਡ ਫਿਲਮਾਂ ਦੇਖ ਲਓ, ਸ਼ਾਹਰੁਖ ਖਾਨ ਨੇ ਰੋਮਾਂਟਿਕ ਰੋਲ ਵੀ ਕੀਤੇ ਪਰ ਉਹਨੇ ਬਾਜ਼ੀਗਰ ਫਿਲਮ 'ਚ ਵਿਲਨ ਦਾ ਰੋਲ ਵੀ ਕੀਤਾ ਸੀ। ਸਾਊਥ ਦੀਆਂ ਫਿਲਮਾਂ ਚੱਲ ਜਾਓ, ਉੱਥੇ ਲੋਕ ਇਹ ਨਹੀਂ ਸੋਚਦੇ ਕਿ ਯਾਰ ਇਹ ਛੋਟੇ ਕੱਦ ਦਾ ਬੰਦਾ ਜਾਂ ਪਤਲਾ ਜਿਹਾ ਬੰਦਾ ਏਡੇ ਵੱਡੇ ਵਿਲਨ ਨੂੰ ਕਿੱਦਾਂ ਕੁੱਟ ਗਿਆ। ਉਹ ਇਹਨੂੰ ਫਿਲਮ ਦੀ ਤਰ੍ਹਾਂ ਲੈਂਦੇ ਕਿ ਐਕਸ਼ਨ ਹੋ ਰਿਹਾ ਉਹ ਕੁੱਟ ਸਕਦਾ, ਉਹ ਐਕਟਰ ਆ ਕੁੱਟ ਸਕਦਾ। ਹੁਣ ਪੰਜਾਬੀ ਫਿਲਮ 'ਚ ਜੇ ਆਪਾਂ ਇੱਦਾਂ ਦਾ ਕੁਛ ਕਰਨ ਦੀ ਕੋਸ਼ਿਸ਼ ਕਰਾਂਗੇ, ਲੋਕਾਂ ਨੇ ਥੋੜ੍ਹਾ ਜਿਹਾ ਉਹ ਲੋਕਾਂ ਨੂੰ ਹੋਣਾ ਕਿ ਯਾਰ ਇਹ ਕਿੱਦਾਂ ਲੈ, ਇਹ ਤਾਂ ਅਸੀਂ ਚੱਕ ਦਾਂਗੇ, ਇਹ ਤਾਂ ਇਹ ਕਰ ਦਾਂਗੇ। ਯੂਜ਼ ਟੂ ਨਹੀਂਗੇ ਨਾ ਤੁਹਾਡੇ ਇਹ ਕਿਰਦਾਰ ਨੂੰ ਦੇਖਣ ਨੂੰ, ਸੋ ਉਹਨਾਂ ਨੂੰ ਆਬਵੀਅਸਲੀ ਅਜੀਬ ਉਹਨਾਂ ਨੂੰ ਲੱਗਣਾ। ਆਪਣੇ ਬੰਦੇ ਫਿਲਮ ਦੀ ਤਰ੍ਹਾਂ ਫਿਲਮ ਨਹੀਂ ਦੇਖਦੇ, ਆਪਾਂ ਨੂੰ ਇਹ ਹੁੰਦਾ ਕਿ ਨਹੀਂ ਯਾਰ ਇਹ ਗਾਣੇ ਇਦਾਂ ਦੇ ਗਾਉਂਦਾ ਜਾਂ ਇਹ ਇਦਾਂ ਦੀ ਫਿਲਮ ਕਰ ਹੀ ਨਹੀਂ ਸਕਦਾ। ਸੋ ਤਾਂ ਕਰਕੇ ਇੱਥੇ ਥੋੜਾ ਜਿਹਾ ਐਕਸਪੈਰੀਮੈਂਟ ਥੋੜਾ ਜਿਹਾ ਮੁਸ਼ਕਿਲ ਹੈ ਮੇਰੇ ਹਿਸਾਬ ਨਾਲ ਇਦਾਂ ਦਾ ਕੁਝ ਕਰਨਾ, ਪਰ ਠੀਕ ਹੈ। ਮੈਨੂੰ ਲੱਗਦਾ ਕਿ ਜੇ ਤੁਸੀਂ ਥੋੜਾ ਬਹੁਤਾ ਐਕਸਪੈਰੀਮੈਂਟ ਕਰਨਾ ਸ਼ੁਰੂ ਕਰੋ ਤਾਂ ਕੋਈ ਬਾਹਲੀ ਵੱਡੀ ਗੱਲ ਵੀ ਨਹੀਂ ਹੈ ਕਿ ਲੋਕ ਨਾ ਦੇਖ ਪਾਉਣ। ਡਿਪੈਂਡ ਕਰਦਾ ਬਣਾ ਕੌਣ ਰਿਹਾ, ਕਿੱਦਾਂ ਬਣਾ ਰਿਹਾ, ਤੁਸੀਂ ਕਿੰਨੀ ਮਿਹਨਤ ਕੀਤੀ ਉਸ ਸਟੋਰੀ ਲਈ, ਤੁਸੀਂ ਆਪਣੀ ਫਿਜ਼ੀਕ ਨੂੰ ਕਿੱਦਾਂ ਸੈਟਲ ਕੀਤਾ, ਸਭ ਕੁਝ ਹੋ ਸਕਦਾ। ਮਿਹਨਤ ਬਹੁਤ ਹੈ ਦੇ ਪਿੱਛੇ, ਡੈਫੀਨਿਟਲੀ ਡੈਫੀਨਿਟਲੀ। ਸੋ ਆਪਾਂ ਫਿਲਮਸ ਦੀ ਆਪਾਂ ਗੱਲ ਕਰਦੇ ਆ, ਪੰਜਾਬੀ ਇੰਡਸਟਰੀ ਦੀ, ਬਾਲੀਵੁੱਡ ਦੀ ਆਪਾਂ ਗੱਲ ਕਰ ਲਈਏ, ਲੈਟਸ ਕਮ ਟੂ ਬਾਲੀਵੁੱਡ ਨਾਓ, ਠੀਕ ਹੈ। 2019 'ਚ ਲੁਕਾ ਚੁੱਪੀ, ਤੁਹਾਨੂੰ ਇੱਕ ਆਪਣੀ, ਤੁਹਾਡਾ ਖੁਆਬ ਸੀਗਾ, ਤੁਹਾਡੀ ਡ੍ਰੀਮ ਸੀਗੀ ਵੀ ਮੈਂ ਬਾਲੀਵੁੱਡ ਇੰਡਸਟਰੀ 'ਤੇ ਕਿਤੇ ਨਾ ਕਿਤੇ ਆਪਣਾ ਪੈਰ ਪਾਵਾਂ, ਅਤੇ ਤੁਹਾਨੂੰ ਇਹ ਮੌਕਾ ਮਿਲਿਆ, ਤੁਹਾਡਾ ਜਿਹੜਾ ਖੁਆਬ ਗਾਣਾ ਆ ਇੱਕ ਨਵੀਂ ਪਛਾਣ ਨੂੰ ਦਿੱਤੀ ਗਈ ਆ, ਓਬਵੀਅਸਲੀ ਥੋੜ੍ਹੇ ਜਿਹੇ ਟ੍ਰਾਂਸਲੇਟ ਹੋ ਕੇ ਉਹਦੀ ਦੁਨੀਆ ਬਣ ਗਈ, ਰਾਈਟ। ਸੋ ਜਿਹੜਾ ਗੀਤ ਆ, ਬਟ ਅਫਸੋਸ ਵਾਲੀ ਗੱਲ ਇਹ ਆ ਕਿ ਜਿਹੜਾ ਤੁਹਾਡਾ ਗੀਤ ਆ, ਤੁਸੀਂ ਬੜੀ ਮਿਹਨਤ ਨਾਲ ਉਹਨੂੰ ਰਿਕਾਰਡ ਕੀਤਾ, ਉਹਦੇ ਲਿਰਿਕਸ ਤੁਸੀਂ ਚੇਂਜ ਕੀਤੇ, 2 ਸਾਲ ਲੱਗੇ ਉਹਦੀ ਪ੍ਰਮੋਸ਼ਨ ਲਈ, ਵਾਈ 2 ਈਅਰਸ, ਐਂਡ ਉਹਦੇ ਪਿੱਛੇ ਅਖੀਰ ਕਿਉਂ ਨਹੀਂ ਸਾਨੂੰ ਨਜ਼ਰ ਆਇਆ? ਇਹ ਵੀ ਤਾਂ ਸਾਰੇ ਕੁਸ਼ਚਨ ਪੁੱਛਦੇ ਕਿ ਤੈਨੂੰ ਕਿਉਂ ਨਹੀਂ ਪ੍ਰਮੋਟ ਕੀਤਾ ਗਿਆ। ਮੇ ਬੀ ਮੈਂ ਉੱਥੇ ਉਸ ਸ਼ਹਿਰ 'ਚ ਨਹੀਂ ਸੀ ਰਹਿੰਦਾ, ਜਾਂ ਮੈਂ ਬਾਲੀਵੁੱਡ ਨਾਲ ਜ਼ਿਆਦਾ ਕਨੈਕਟਡ ਨਹੀਂ ਸੀ, ਜਾਂ ਫਿਰ ਉਸ ਰੈਕਰਡ ਲੇਬਲ ਦੇ ਨਾਲ ਮੇਰਾ ਨਹੀਂ ਰਿਲੇਸ਼ਨਸ਼ਿਪ ਉੱਦਾਂ ਦਾ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਮੋਟ ਨਹੀਂ ਕੀਤਾ, ਜਾਂ ਮੇਰਾ ਨਾਮ ਨਹੀਂ ਜ਼ਿਆਦਾ ਮੈਂਸ਼ਨ ਕੀਤਾ। ਉਹਨਾਂ ਨੇ ਤਾਂ ਈਵਨ ਮੈਨੂੰ ਆਪਣੇ ਇੰਸਟਾਗ੍ਰਾਮ ਪੋਸਟ ਵਿੱਚ ਵੀ ਮੈਂਸ਼ਨ ਨਹੀਂ ਸੀ ਕੀਤਾ, ਮੈਂ ਕਹਿ ਕੇ ਕਰਵਾਇਆ ਸੀ। ਸੋ ਠੀਕ ਹੈ, ਮੈਨੂੰ ਲੱਗਦਾ ਕਿ ਕਈ ਵੇਲੇ ਤੁਸੀਂ ਕਿਸੇ ਲੇਬਲ ਦੇ ਨਾਲ ਸਾਈਨ ਨਹੀਂ ਜਦੋਂ ਹੁੰਦੇ, ਜਾਂ ਤੁਸੀਂ ਇੰਡੀਪੈਂਡੈਂਟ ਕੰਮ ਕਰਦੇ ਆ, ਤੁਹਾਡੇ ਨਾਲ ਥੋੜ੍ਹਾ ਜਿਹਾ ਵਿਤਕਰਾ ਹੁੰਦਾ, ਪਰ ਠੀਕ ਹੈ, ਇੰਨਾ ਕੋਈ ਫਰਕ ਨਹੀਂ ਪਿਆ। ਉਹ ਗਾਣਾ ਮੇਰਾ ਹੀ ਵੱਜਦਾ ਸੀ ਹਮੇਸ਼ਾ, ਅਤੇ ਉਹ ਨਾਂ ਵੀ ਟੈਗ ਕਰਦੇ, ਨਾਂ ਵੀ ਨਾ ਪਾਉਂਦੇ, ਮੇਰਾ ਹੀ ਵੱਜਣਾ ਸੀ ਪੂਰੀ ਜ਼ਿੰਦਗੀ, ਅਤੇ ਅੱਜ ਵੀ ਉਹ ਮੇਰੇ ਨਾਮ ਤੋਂ ਹੀ ਜਾਣਿਆ ਜਾਂਦਾ ਗਾਣਾ। ਸੋ ਜਿਹਦੇ ਨਾਲ ਰੱਬ ਹੁੰਦਾ ਉਹਨੂੰ ਕੋਈ ਚੱਕਰ ਨਹੀਂ ਹੁੰਦਾ ਕਿਸੇ ਚੀਜ਼ ਦਾ। ਸੋ ਠੀਕ ਹੈ, ਮੈਨੂੰ ਲੱਗਦਾ ਸਾਰਾ ਕੁਝ ਵਧੀਆ ਹੀ ਆ, ਅੱਜ ਵੀ ਲੋਕ ਉਸ ਗਾਣੇ ਨੂੰ ਮੇਰੇ ਨਾਮ ਨਾਲ ਹੀ ਜਾਣਦੇ ਆ, ਅਤੇ ਇਹੀ ਆਪਣੀ ਜਿੱਤ ਆ। ਇੱਕ ਗੱਲ ਦਾ ਅਸੀਂ ਤੁਹਾਨੂੰ ਰਿਸਪੈਕਟ ਬਹੁਤ ਦੇਣਾ ਚਾਹੋਗੇ, ਕਿਉਂਕਿ ਤੁਸੀਂ ਹਿੱਕ ਠੁੱਕ ਕੇ ਇਹ ਗੱਲ ਕਹੀ ਸੀਗੀ ਕਿ ਮੈਨੂੰ ਬਾਲੀਵੁੱਡ ਵੱਲ ਜਾਣ ਦੀ ਲੋੜ ਨਹੀਂ, ਕਿਉਂਕਿ ਜਿਹੜਾ ਮੈਨੂੰ ਜਿਹੜਾ ਪਿਆਰ ਆ, ਰਿਸਪੈਕਟ ਆ, ਸਤਿਕਾਰ ਆ, ਮੈਨੂੰ ਪੰਜਾਬੀ ਇੰਡਸਟਰੀ ਤੋਂ ਮਿਲਦਾ ਆ। ਸੋ ਮੇਰਾ ਯੂਨੋ ਇਹੀ ਆ ਕਿ ਮੇਰਾ ਫਿਊਚਰ ਇਹਦੇ ਵਿੱਚ ਹੀ ਰਹਿਣਾ, ਸਹੀ ਆ। ਮੈਨੂੰ ਇਦਾਂ ਲੱਗਦਾ ਕਿ ਜੇ ਤੁਸੀਂ ਪੰਜਾਬ 'ਚ ਬੈਠੇ ਹੀ ਆਪਣੇ ਗਾਣਿਆਂ ਨਾਲ ਹੀ ਵਧੀਆ ਜਸਟਿਸ ਕਰ ਰਹੇ ਹਾਂ, ਤੁਸੀਂ ਆਪਣੇ ਗਾਣੇ ਹੀ ਇੰਨੇ ਸੋਹਣੇ, ਇੰਨੀਆਂ ਸੋਹਣੀਆਂ ਕੰਪੋਜੀਸ਼ਨਾਂ, ਵਧੀਆ ਗਾਣੇ ਬਣਾ ਰਹੇ, ਬਹੁਤ ਸਾਰੇ ਆਰਟਿਸਟ ਆ ਜਿਹੜੇ ਪੰਜਾਬ ਬੈਠ ਕੇ ਬਹੁਤ ਵਧੀਆ ਕੰਮ ਕਰਦੇ ਆ, ਫਿਰ ਮੈਨੂੰ ਇਦਾਂ ਲੱਗਦਾ ਉਹ ਤੁਹਾਡੇ ਗਾਣੇ ਆਪ ਲੈਣ ਆਉਂਦੇ ਇੱਧਰ, ਅਤੇ ਉਹ ਲੈ ਕੇ ਜਾ ਕੇ ਫਿਲਮਾਂ 'ਚ ਪਾਉਂਦੇ ਆ। ਸੋ ਠੀਕ ਹੈ, ਉੱਧਰ ਵੀ ਗਾਣੇ ਕਰਨੇ ਕੋਈ ਗਲਤ ਨਹੀਂ ਹੈ, ਮੈਂ ਵੀ ਨਹੀਂ ਕਹਿੰਦਾ ਕਿ ਨਹੀਂ ਜਾਣਾ ਚਾਹੀਦਾ, ਤੁਸੀਂ ਗਰੋਥ ਕਰੋ, ਜਾਣਾ ਚਾਹੀਦਾ, ਕਿਉਂ ਨਹੀਂ, ਜੇ ਤੁਹਾਨੂੰ ਕੋਈ ਚੀਜ਼ ਔਫਰ ਹੁੰਦੀ ਵਧੀਆ ਤਾਂ ਤੁਸੀਂ ਜ਼ਰੂਰ ਜਾਓ, ਪਰ ਹੁਣ ਜਾ ਕੇ ਲੋਕਾਂ ਦੀਆਂ ਮਿਹਨਤਾਂ ਕਰਨੀਆਂ ਜਾਂ ਮੈਂ ਗਾਣੇ ਗਾਉਣੇ ਜਾਂ ਨਵੇਂ ਸਿਰੇ ਫੇਸ ਸਟਰਗਲ, ਠੀਕ ਹੈ, ਮੈਨੂੰ ਲੱਗਦਾ ਕਿ ਮੈਂ ਜੋ ਪੰਜਾਬ 'ਚ ਬੈਠਾ ਕਰ ਰਿਹਾ ਜਾਂ ਇੱਦਾਂ ਦੇ ਗਾਣੇ ਕਰ ਰਿਹਾ, ਮੈਂ ਉਹਨਾਂ ਨਾਲ ਖੁਸ਼ ਹਾਂ, ਮੇਰਾ ਮਨ ਖੁਸ਼ ਹੈ, ਮੈਂ ਸੈਟਿਸਫਾਈ ਹਾਂ ਆਪਣੇ ਕੰਮ ਤੋਂ, ਠੀਕ ਹੈ, ਜੇ ਉੱਧਰੋਂ ਕੋਈ ਵਧੀਆ ਔਫਰ ਆਵੇ ਜਾਂ ਕਿਤੋਂ ਵੀ ਆਵੇ, ਕਿਸੇ ਵੀ ਇੰਡਸਟਰੀ ਤੋਂ ਆਵੇ, ਕਿਸੇ ਵੀ ਭਾਸ਼ਾ ਦਾ ਆਵੇ, ਟਰਾਈ ਜ਼ਰੂਰ ਕਰਨੀ ਚਾਹੀਦੀ ਉਹਨੂੰ ਪਰਫੈਕਟਲੀ ਗਾਉਣ ਦੀ, ਪਰ ਠੀਕ ਹੈ, ਮੈਨੂੰ ਆਪਣੇ ਗਾਣਿਆਂ ਤੋਂ ਖੁਸ਼ ਹਾਂ ਮੈਂ। ਅਤੇ ਤੁਹਾਨੂੰ ਕੀ ਲੱਗਦਾ ਵੀ ਗਰੁੱਪਿਜ਼ਮ ਬਹੁਤ ਜ਼ਿਆਦਾ ਹੈ ਹੁਣ? ਆਪਾਂ ਜਾਣਦੇ ਵੀ ਚੱਲ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਹੈਗਾ ਹੈ ਕਿ ਕਈ ਜਿਹੜੇ ਪ੍ਰੋਡਿਊਸਰਸ ਹੈ ਉਹਨਾਂ ਦੇ ਫੇਵਰਟ ਉਹ ਕੰਪੋਜ਼ਰਸ ਆ ਜੋ ਵੀ ਆ, ਪਰ ਬਾਲੀਵੁੱਡ ਦੇ ਵਿੱਚ ਕੁਛ ਜ਼ਿਆਦਾ ਹੈ? ਸਾਰੇ ਕਿਤੇ ਹੀ ਆ, ਸਾਰੇ ਕਿਤੇ ਹੀ ਆ, ਹੁਣ ਆਪਣੇ 'ਚ ਵੀ ਆ, ਉੱਧਰ ਵੀ ਆ, ਸਾਰੇ ਕਿਤੇ ਚੱਲਦਾ ਹੀ ਆ ਇਹ। ਸੋ ਇਹਦੇ ਵਿੱਚ ਕਿਵੇਂ ਬਦਲਾਅ ਲੈ ਕੇ ਆ ਸਕਦੇ ਤੁਹਾਡੇ ਨੂੰ ਲੱਗਦਾ ਇਸ ਇੰਡਸਟਰੀ ਦੇ ਵਿੱਚ? ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਆਪਾਂ ਆਪਣੀ ਗੱਲ ਕਰਨਾ ਕੋਈ ਬਦਲਾਅ ਆਉਣਾ, ਠੀਕ ਹੈ, ਮੈਨੂੰ ਲੱਗਦਾ ਜੋ ਵੀ ਹੁੰਦਾ ਵਧੀਆ ਹੀ ਆ, ਜੇ ਕਿਸੇ ਦਾ ਗਰੁੱਪ ਹੈਗਾ ਤੇ ਉਹ ਵਧੀਆ ਗੱਲ ਹੀ ਆ, ਜੇ ਕਿਸੇ ਦਾ ਨਹੀਂ ਹੈਗਾ ਨਹੀਂ ਵੀ ਵਧੀਆ, ਠੀਕ ਹੈ, ਜਿਹਨੂੰ ਜੋ ਵਧੀਆ ਲੱਗਦਾ ਉਹ ਕਰ ਰਿਹਾ, ਠੀਕ ਹੈ, ਵਧੀਆ, ਆਪਣੀ ਜ਼ਿੰਦਗੀ ਆ, ਇੱਕ ਲਾਈਫ ਹੈ, ਜਿੱਦਾਂ ਮਰਜ਼ੀ ਜੀਓ। ਐਂਡ ਯੂ ਨੋ ਅਖੀਲ ਬੜੇ ਵਧੀਆ ਤਰੀਕੇ ਨਾਲ ਇਹ ਜਿਹੜੀ ਲਾਈਫ ਹੈ ਜੀ ਰਿਹਾ ਅਖੀਲ। ਸਾਨੂੰ ਪਤਾ ਕਿ ਸ਼ੁਰੂਆਤ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਤੁਹਾਡੀ ਫੈਮਿਲੀ ਵਰਕ ਕਲਾਸ ਸੀਗੇ, ਕਹਿੰਦੇ ਸੀ ਵੀ ਨਹੀਂ ਇਸ ਲਾਈਨ ਦੇ ਵਿੱਚ ਨਹੀਂ ਜਾਣਾ, ਆਪਣੀ ਯੂ ਨੋ ਸਟੱਡੀਜ਼ ਇੱਧਰ ਕਰ ਉੱਧਰ ਕਰ, ਪਰ ਜਦੋਂ ਉਹਨਾਂ ਨੇ ਹੁਣ ਤੁਹਾਡੀ ਕਾਮਯਾਬੀ ਦੇਖੀ ਮੈਨੂੰ ਲੱਗਦਾ ਕੁਛ ਹੁਣ ਉਹਨਾਂ ਨੂੰ ਵੀ ਬੜਾ ਮਾਣ ਹੋਣਾ ਵੀ ਸਾਡਾ ਪੁੱਤ ਆਹ ਕਰਦਾ, ਕਮਾਈ ਕਰਦਾ, ਬਾਹਰ ਜਾਂਦਾ ਆ, ਯੂ ਨੋ ਬੜੀ ਰਿਸਪੈਕਟ ਆ ਇੰਡਸਟਰੀ ਦੇ ਵਿੱਚ। ਬਿਲਕੁਲ ਬਿਲਕੁਲ, ਹੁਣ ਮੈਨੂੰ ਉਹੀ ਗੱਲ ਆ ਕਿ ਜਿਹੜੀ ਸਕਸੈਸ ਹੁੰਦੀ ਹੈ ਨਾ ਉਹ ਸਾਰੇ ਗਮ ਭੁਲਾ ਦਿੰਦੀ ਹੈ, ਸਾਰੀਆਂ ਸ਼ਿਕਾਇਤਾਂ ਦੂਰ ਕਰ ਦਿੰਦੀ ਹੈ,
ਠੀਕ ਹੈ, ਮੈਨੂੰ ਲੱਗਦਾ ਅੱਜ ਵੀ ਵਧੀਆ ਮਿਊਜ਼ਿਕ ਚੱਲ ਰਿਹਾ ਆਪਣਾ, ਜੋ ਵੀ ਹੁੰਦਾ ਵਧੀਆ ਹੀ ਹੁੰਦਾ ਹਮੇਸ਼ਾ। ਦੇਖੋ ਲੋਕ ਜੋ ਸੁਣਨਾ ਚਾਹੁੰਦੇ ਆਰਟਿਸਟ ਹਮੇਸ਼ਾ ਉਹ ਗਾਉਂਦਾ, ਜੋ ਲੋਕ ਸੁਣਨਾ ਚਾਹੁੰਦੇ ਆ, ਜੋ ਕੋਈ ਖਾਣਾ ਚਾਹੁੰਦਾ ਉਹੀ ਪਰੋਸਿਆ ਜਾਂਦਾ, ਤਾਂ ਹੀ ਤੁਸੀਂ ਉਹ ਚੀਜ਼ ਖਾਂਦੇ ਆ ਕਿ ਤੁਹਾਨੂੰ ਪਸੰਦ ਹੁੰਦੀ ਹੈ। ਮੈਨੂੰ ਤਾਂ ਲੱਗਦਾ ਲੋਕਾਂ ਨੂੰ ਜੋ ਵੀ ਤੁਸੀਂ ਸੁਣਾਉਣਾ ਸ਼ੁਰੂ ਕਰ ਦੋਗੇ ਉਹ ਲੋਕ ਉਹ ਸੁਣਨ ਲੱਗ ਪੂਗੇ, ਜੇ ਜ਼ਿਆਦਾ ਲੋਕਾਂ ਨੂੰ ਮੈਲੋਡੀ ਸੁਣਾਉਣ ਲੱਗ ਪੂਗੇ ਲੋਕ ਉਹ ਸੁਣਨ ਲੱਗ ਪੂਗੇ, ਲੋਕਾਂ ਦੇ ਕੰਨਾਂ ਨੂੰ ਜੋ ਜ਼ਿਆਦਾ ਜੋ ਜੋ ਕਹਿੰਦੇ ਦਿਖਦਾ ਹੈ ਵਹੀ ਵਿਕਦਾ ਹੈ। ਸੋ ਠੀਕ ਹੈ, ਉਹ ਵੀ ਟਾਈਮ ਵਧੀਆ ਸੀ, ਉਹ ਮੈਂ ਉਹ ਸੁਣ ਵੱਡਾ ਹੋਇਆ, ਮੇਰੇ ਲਈ ਉਹ ਬਹੁਤ ਸਪੈਸ਼ਲ ਹੈ ਉਹ ਚੀਜ਼ਾਂ। ਮੈਨੂੰ ਇੱਦਾਂ ਲੱਗਦਾ ਹੁੰਦਾ ਸੀ ਕਿਤੇ ਸਿੱਖਣ ਜਾਣ ਦੀ ਲੋੜ ਨਹੀਂ ਆ, ਮਿਊਜ਼ਿਕ ਇਹਨਾਂ ਆਰਟਿਸਟਾਂ ਨੂੰ ਸੁਣ ਲਓ ਤੇ ਤੁਸੀਂ ਸਿੱਖ ਸਕਦੇ ਆ, ਇੰਨਾ ਵਧੀਆ ਗਾਉਂਦੇ ਆ ਕਿ ਇਹਨਾਂ ਨੂੰ ਸੁਣਨਾ ਹੀ ਸਿੱਖਣਾ ਹੈ। ਹੁਣ ਕਈ ਕਹਿੰਦੇ ਆ ਕਿ ਮਿਊਜ਼ਿਕ ਨੁਸਰਤ ਸਾਹਿਬ ਨੂੰ ਸੁਣ ਲਓ, ਉਹਨਾਂ ਨੂੰ ਸੁਣਨਾ ਹੀ ਬਹੁਤ ਔਖਾ। ਸੋ ਵਾਰਸ ਭਾਜੀ ਇਹਨਾਂ ਨੂੰ, ਗੁਰਦਾਸ ਮਾਨ ਸਾਹਿਬ ਨੂੰ ਜਾਂ ਹੋਰ ਵਧੀਆ ਸਿੰਗਰ ਜਿਹੜੇ ਉਦੋਂ, ਹਰਭਜਨ ਮਾਨ ਭਾਜੀ ਹੋ ਗਿਆ, ਬੱਬੂ ਮਾਨ, ਮੈਂ ਇਹਨਾਂ ਨੂੰ ਬਹੁਤ ਸੁਣਦਾ ਹੁੰਦਾ ਸੀ, ਮੈਨੂੰ ਚੰਗੇ ਲੱਗਦੇ ਹੁੰਦੇ ਸੀ। ਸੋ ਇਹਨਾਂ ਨੂੰ ਚੰਗੇ ਚੰਗੇ ਬੰਦਿਆਂ ਨੂੰ ਸੁਣ ਕੇ ਚੰਗਾ ਗਾਉਣ ਲੱਗ ਪਏ। ਕਦੀ ਮਿਲਿਆ ਮੌਕਾ ਉਹਨਾਂ ਨੂੰ ਮਿਲਣ ਨੂੰ? ਜੀ, ਮੈਂ ਭਾਈ ਨੂੰ ਮਿਲਿਆ ਸੀ, ਇੱਕ ਵਾਰੀ ਜਲੰਧਰ ਵੀ ਮਿਲਿਆ ਜਦੋਂ ਮੈਂ ਸਟਰਗਲ ਕਰਦਾ ਹੁੰਦਾ ਸੀ। ਫਿਰ ਲਾਸਟ ਟਾਈਮ ਇੱਕ ਵਾਰੀ ਇੱਥੇ ਅਸੀਂ ਆਏ ਸੀ ਕੈਨੇਡਾ ਗਾਣਾ ਸ਼ੂਟ ਕਰਨ ਤੋਂ ਬਾਅਦ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਗਏ ਸੀ ਅਸੀਂ। ਵੈਰੀ ਨਾਈਸ। ਸੋ ਹਜੇ ਵੀ ਤੁਹਾਡੇ ਵਾਸਤੇ ਇੱਕ ਇਨਸਪੀਰੇਸ਼ਨ ਹੈ ਨਾ, ਉਹਨਾਂ ਨੇ ਫਿਰ ਵੀ ਆਪਣੀ ਆਡੀਅੰਸ ਕੀਲ ਕੇ ਰੱਖੀ, ਤੇ ਆਪਾਂ ਹੁਣ ਜਦੋਂ ਦੇਖਦੇ ਹਾਂ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੀ ਆਡੀਅੰਸ ਰੱਖਣੀ, ਓਬਵੀਅਸਲੀ ਤੁਹਾਡੇ ਫੈਨਸ ਬਹੁਤ ਹੈ, ਅਸੀਂ ਹੁਣ ਅੱਜ ਜਿੱਥੇ ਪਹੁੰਚੇ ਆ ਯੂ نو ਸਾਰੇ ਤੁਹਾਨੂੰ ਰੈਕਗਨਾਈਜ਼ ਕਰਦੇ, ਤੁਹਾਨੂੰ ਵੇਖਦੇ ਆ, ਪਰ ਇੱਕ ਆਰਟਿਸਟ ਦੇ ਤੌਰ ਦੇ ਉੱਤੇ ਤੁਹਾਨੂੰ ਇੱਕ ਜਿਹੜੀ ਇਮੇਜ ਮੇਨਟੇਨ ਕਰਨੀ ਆ, ਤਾਂ ਕਿਉਂਕਿ ਐਕਸਪੈਕਟੇਸ਼ਨਸ ਬਹੁਤ ਹੈ ਤੁਹਾਡੇ ਫੈਨਸ ਤੋਂ। ਤੁਸੀਂ ਜ਼ਿਕਰ ਕੀਤਾ ਕਿ ਕਈ ਵਾਰੀ ਜਦੋਂ ਤੁਸੀਂ ਸਟੇਜ 'ਤੇ ਹੁੰਦੇ ਆ ਜਿਹੜੇ ਤੁਹਾਡੇ ਫੈਨਸ ਰੋਣ ਲੱਗ ਜਾਂਦੇ ਤੁਹਾਨੂੰ ਦੇਖ ਕੇ, ਹੈ ਨਾ, ਉਦੋਂ ਕਿੱਦਾਂ ਦਾ ਮਹਿਸੂਸ ਹੁੰਦਾ ਅਤੇ ਕਿ ਤੁਹਾਨੂੰ ਕੀ ਲੱਗਦਾ ਤੁਹਾਡੇ ਸਿਰ 'ਤੇ ਜ਼ਿੰਮੇਵਾਰੀ ਹੋਰ ਪੈ ਗਈ ਹੈ? ਹਾਂਜੀ, ਮੈਨੂੰ ਲੱਗਦਾ ਲੋਕ ਤੁਹਾਡੇ ਜਦੋਂ ਗਾਣੇ ਸੁਣਦੇ ਕਿਸੇ ਵੀ ਆਰਟਿਸਟ ਦੇ, ਉਹ ਤੁਹਾਡੇ ਗਾਣੇ ਨਾਲ ਕਨੈਕਟ ਹੁੰਦੇ ਬਹੁਤ ਜ਼ਿਆਦਾ, ਇਮੋਸ਼ਨਸ ਉਹਨਾਂ ਦੇ ਕਨੈਕਟ ਹੁੰਦੇ। ਉਹ ਕਿਸੇ ਦਾ ਬ੍ਰੇਕਅਪ ਹੋਇਆ ਹੁੰਦਾ ਉਦੋਂ ਸੁਣਦਾ ਤੁਹਾਡੇ ਗਾਣੇ, ਜਾਂ ਕਿਸੇ ਦਾ ਵਿਆਹ ਹੋਇਆ ਹੁੰਦਾ। ਹੁਣ ਮੈਂ ਲਾਸਟ ਸ਼ੋਅ 'ਤੇ ਗਿਆ, ਇੱਕ ਸ਼ੋਅ 'ਤੇ ਗਿਆ, ਇੱਕ ਵੈਡਿੰਗ ਲਾਈ ਸੀ ਮੈਂ ਪਿੱਛੇ ਜੇ, ਅਤੇ ਉਹ ਮੁੰਡਾ ਕੁੜੀ ਜਿਹਦਾ ਵਿਆਹ ਸੀਗਾ, ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਤੈਨੂੰ ਤਾਂ ਆਪਣੀ ਵੈਡਿੰਗ 'ਤੇ ਬੁਲਾਇਆ ਕਿਉਂਕਿ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਦਿੱਲੀ ਦੇ ਕਿਸੇ ਕਾਲਜ, ਅਤੇ ਜਦੋਂ ਉੱਥੇ ਤੂੰ ਪਰਫੋਰਮ ਕਰਨ ਆਇਆ ਸੀ ਅੱਜ ਤੋਂ 4-5 ਸਾਲ ਪਹਿਲਾਂ, ਅਤੇ ਅਸੀਂ ਇਹ ਉਦੋਂ ਸੋਚਿਆ ਸੀਗਾ ਕਿ ਜੇ ਆਪਣਾ ਕਦੀ ਵਿਆਹ ਹੋਇਆ ਤਾਂ ਇਹਨੂੰ ਹੀ ਬੁਲਾਵਾਂਗੇ। ਓ ਬਿਊਟੀਫੁਲ, ਸਾਡਾ ਵਿਆਹ ਹੋ ਰਿਹਾ ਤੇ ਅਸੀਂ ਸੋਚਿਆ ਸੀ ਅਸੀਂ ਤੈਨੂੰ ਬੁੱਕ ਕਰਨਾ। ਸੋ ਇੱਕ ਕਿਸਮ ਦੇ ਤੁਸੀਂ ਵਿਚੋਲੇ ਆ, ਪਰ ਤੁਹਾਨੂੰ ਪਤਾ ਨਹੀਂ, ਹੈ ਨਾ? ਮੈਨੂੰ ਲੱਗਦਾ ਲੋਕਾਂ ਦੀਆਂ ਤੁਹਾਡੇ ਗਾਣਿਆਂ ਨਾਲ ਤੁਹਾਡੀਆਂ ਫੀਲਿੰਗਸ ਜੁੜੀਆਂ ਹੁੰਦੀਆਂ, ਤੁਹਾਡੇ ਗਾਣਿਆਂ ਦੇ ਨਾਲ ਉਹਨਾਂ ਦੇ ਜਜ਼ਬਾਤ ਜੁੜੇ ਹੁੰਦੇ। ਸੋ ਫਿਰ ਜਦੋਂ ਕਨੈਕਟ ਕਰਦੇ ਤੁਹਾਨੂੰ ਅਸਲ 'ਚ ਵੇਖਦੇ, ਅਤੇ ਉਹਨਾਂ ਦੇ ਇਮੋਸ਼ਨਸ ਕਈ ਵੇਲੇ ਬਾਹਰ ਆ ਜਾਂਦੇ, ਵਧੀਆ ਲੱਗਦਾ ਉਹਨਾਂ ਨੂੰ ਦੇਖ ਕੇ, ਉਹਨਾਂ ਨੂੰ ਮਿਲ ਕੇ। ਲਾਈਵ ਸ਼ੋਅਜ਼ ਵਿੱਚ ਜਿਹੜੀ ਇੰਟਰੈਕਸ਼ਨ ਹੁੰਦੀ ਹੈ ਉਹਦੇ ਵਰਗਾ ਸਕੂਨ ਹੀ ਹੈ ਨਹੀਂ ਕਿਤੇ। ਸੋ ਇੰਟਰੈਕਸ਼ਨ ਲਾਈਵ ਦੇ ਵਿੱਚ ਬਹੁਤ ਹੁੰਦੀ ਆ, ਸੋਸ਼ਲ ਮੀਡੀਆ ਆਪਾਂ ਜਾਣਦੇ ਇੱਕ ਬਹੁਤ ਵੱਡਾ ਪਲੈਟਫਾਰਮ ਬਣ ਗਿਆ ਹਰੇਕ ਸਿੰਗਰ ਆਰਟਿਸਟ ਲਈ, ਮੀਡੀਆ ਵਾਸਤੇ ਕੁਛ ਵੀ ਪ੍ਰਮੋਟ ਕਰਨਾ। ਸੋ ਨਿਊਜ਼ ਹੋਵੇ, ਗੀਤ ਹੋਵੇ, ਯੂ نو ਕਈ ਵਾਰੀ ਤੁਹਾਨੂੰ ਕੋਈ ਕੰਪਨੀਸ ਜਾ ਕੇ ਹੁਣ ਇਹ ਨਹੀਂ ਕਹਿਣਾ ਪੈਂਦਾ ਵੀ ਤੁਸੀਂ ਮੇਰਾ ਗੀਤ ਪ੍ਰਮੋਟ ਕਰ ਦਿਓ, ਤੁਸੀਂ ਸੋਸ਼ਲ ਮੀਡੀਆ 'ਤੇ ਕਰ ਦਿਓ ਅਤੇ ਆਪੇ ਹਿੱਟ ਹੋ ਗਿਆ ਨਾ। ਅਖੇਲ ਅਸੀਂ ਵੇਖਦੇ ਹਾਂ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਸੈਲੈਬ੍ਰਿਟੀਜ਼ ਹੈਗੇ ਆ, ਸਿੰਗਰਸ ਆ, ਇਨਫਲੂਐਂਸਰਸ, ਐਕਟਰਸ ਜਿਹੜੇ ਹੈਗੇ ਆ, ਸੋਸ਼ਲ ਮੀਡੀਆ ਨੂੰ ਬਹੁਤ ਯੂਜ਼ ਕਰਦੇ ਆ, ਸਨੈਪਚੈਟ ਹੋਵੇ, ਇੰਸਟਾਗ੍ਰਾਮ, ਫੇਸਬੁੱਕ, ਹੈ ਨਾ। ਤੁਸੀਂ ਬਹੁਤ ਘੱਟ ਆਉਂਦੇ ਐਂਡ ਤੁਸੀਂ ਹਜੇ ਫਿਲਹਾਲ ਯੰਗ ਆ, ਕਿਉਂਕਿ ਸਾਨੂੰ ਲੱਗਦਾ ਜਿਹੜਾ ਹੈ ਨਾ ਸੋਸ਼ਲ ਮੀਡੀਆ ਦਾ ਕੀੜਾ ਨਾ ਬਹੁਤ ਜਿਹੜੀ ਯੰਗ ਜਨਰੇਸ਼ਨ ਇਹਦੇ ਵਿੱਚ ਬਹੁਤ ਆ, ਅਤੇ ਤੁਸੀਂ ਕਾਹਤੇ ਆਪਣੇ ਆਪ ਨੂੰ ਇਹ ਤੋਂ ਥੋੜ੍ਹਾ ਜਿਹਾ ਅਲੱਗ ਪੋਸਟ ਕਰਦੇ ਆ, ਕਦੀ ਕਦੀ ਕਰਦੇ ਆ, ਠੀਕ ਆ, ਪਰ ਇੰਨਾ ਨਹੀਂ ਜਿੱਦਾਂ ਯੂ نو ਕੋਈ ਉੱਠਿਆ ਬੈਠਿਆ ਮੈਂ ਆਹ ਲੱਗਾ ਪੀਣ, ਮੈਂ ਮੈਂਗੋ ਲੱਸੀ ਲੱਗਾ ਪੀਣ, ਮੈਂ ਆਹ ਲੱਗਾ ਖਾਣ, ਮੈਂ ਹੁਣ ਕੈਨੇਡਾ ਆ ਗਿਆ। ਤੁਸੀਂ ਕਿਉਂ ਇਸ ਪਲੈਟਫਾਰਮ ਤੋਂ ਦੂਰ ਰਹਿੰਦੇ, ਕਿਉਂ ਜ਼ਿਆਦਾ ਪ੍ਰਾਈਵੇਟ ਰਹਿੰਦੇ? ਸੋਸ਼ਲ ਮੀਡੀਆ 'ਤੇ ਮੈਨੂੰ ਸਾਰੇ ਕਹਿੰਦੇ, ਮੈਨੂੰ ਤੁਹਾਨੂੰ ਪਤਾ ਬਹੁਤ ਮੈਸੇਜ ਆਉਂਦੇ ਕਿ ਤੂੰ ਕਿਉਂ ਨਹੀਂ ਪੋਸਟ ਕਰਦਾ, ਤੂੰ ਫੋਟੋ ਕਿਉਂ ਨਹੀਂ ਪਾਉਂਦਾ, ਤੂੰ ਇਹ ਕਿਉਂ ਨਹੀਂ ਕਰਦਾ। ਪਤਾ ਨਹੀਂ ਮੈਨੂੰ, ਮੇਰਾ ਇੰਨਾ ਦਿਲ ਨਹੀਂ ਕਰਦਾ ਚਲਾਉਣ ਦਾ ਸੋਸ਼ਲ ਮੀਡੀਆ, ਪਹਿਲਾਂ ਕਰਦਾ ਹੁੰਦਾ ਸੀ ਜਦੋਂ ਮੈਂ ਨਵਾਂ ਨਵਾਂ ਸੀਗਾ। ਹੁਣ ਮੈਨੂੰ ਸੋਸ਼ਲ, ਮੈਨੂੰ ਕਿਸੇ ਨੇ ਪੁੱਛਿਆ ਜੀ ਪਿੱਛੇ ਜਿਹਾ ਕਿ ਦੁਨੀਆ ਦੀ ਤੈਨੂੰ ਸਭ ਤੋਂ ਭੈੜੀ ਜਗ੍ਹਾ ਕਿਹੜੀ ਲੱਗਦੀ ਹੈ ਦੁਨੀਆ 'ਚ? ਦੁਨੀਆ 'ਚ ਮੈਂ ਕਿਹਾ ਸੋਸ਼ਲ ਮੀਡੀਆ, ਕਿਉਂਕਿ ਸੋਸ਼ਲ ਮੀਡੀਆ 'ਤੇ ਇੰਨੀ ਨੈਗੇਟਿਵਿਟੀ ਕਈ ਵੇਲੇ ਦੇਖਣ ਨੂੰ ਮਿਲਦੀ ਹੈ, ਛੋਟੀ ਛੋਟੀ ਚੀਜ਼ ਨੂੰ ਕਿਸੇ ਦੀ ਪਰਸਨਲ ਲਾਈਫ ਨੂੰ ਇੰਨਾ ਉਹ ਕ੍ਰੀਏਟ ਕਰ ਦਿੰਦੇ ਹੈ ਕਿ ਇੱਥੇ ਆ, ਇਹਨੇ ਆਹ ਕੀਤਾ, ਉਹ ਕੀਤਾ, ਲੜਾਈ ਝਗੜੇ, ਲੋਕੀ ਲਾਈਵ ਹੋਏ ਹੋਏ, ਕਿਸੇ ਨਾਲ ਵਾਇਲੈਂਸ ਹੋ ਰਹੀ। ਸੋ ਮੈਨੂੰ ਸੋਸ਼ਲ ਮੀਡੀਆ ਦਾ ਥੋੜ੍ਹਾ ਜਿਹਾ ਨਾ ਥੋੜ੍ਹਾ ਜਿਹਾ ਗਰੇਜ਼ ਹੈ, ਮੈਨੂੰ ਇੱਦਾਂ ਲੱਗਦਾ ਰਹਿੰਦਾ ਕਿ ਮੈਂ ਜਿੰਨਾ ਅਵੋਇਡ ਕਰ ਸਕਾਂ ਚੰਗੀ ਗੱਲ ਹੈ। ਬਾਕੀ ਗੱਲ ਰਹੀ ਪੋਸਟ ਕਰਨ ਦੀ ਜਾਂ ਫੋਟੋਆਂ ਵੀਡੀਓਜ਼ ਨਾ ਪਾਉਣ ਦੀ, ਮੈਂ ਲੇਜ਼ੀ ਬਹੁਤ ਹੈ, ਬਹੁਤ ਲੇਜ਼ੀ ਹਾਂ। ਮੈਨੂੰ ਤਿਆਰ ਹੋਣਾ ਜਾਂ ਸ਼ਾਮ ਨੂੰ ਜਾ ਕੇ ਫੋਟੋ ਕਰਾਉਣੀ, ਫੋਟੋ ਸ਼ੂਟ ਕਰਾਉਣ ਤੋਂ ਬੜਾ ਉਹ ਆ ਗਈ ਵੀ ਕਰਾ ਲਾਂਗੇ ਕਰਾ ਲਾਂਗੇ ਕਰਾ ਲਾਂਗੇ। ਮੇਰੇ ਨਾਲ ਦੇ ਮੇਰੇ ਦੋਸਤ ਵੀ ਕਹਿੰਦੇ ਰਹਿੰਦੇ ਫੋਟੋ ਸ਼ੂਟ ਕਰਾਉਂਦੇ ਹਾਂ ਆਪਾਂ ਯਾਰ, ਫੋਟੋਆਂ ਪਾਇਆ ਕਰ ਤੇਰੇ, ਤੈਨੂੰ ਇੰਨੇ ਲੋਕ ਵੇਖਦੇ ਆ, ਤੂੰ ਕੁਛ ਪਾਉਂਦਾ ਨਹੀਂ, ਤੇਰੀ ਇੰਗੇਜਮੈਂਟਸ ਕਿੱਦਾਂ ਵਧੂਗੀਆਂ,
मेन मैटर करता कि मेरा गाना आजूगा, मेरा कॉन्टेंट देखूगा, मैं अपने गाने की इनफॉर्मेशन देने लिए सोशल मीडिया यूज कर लूंगा, जो मैं कितने जा रहा मैं शो कर रहा मैं मैंने तो लगता सोशल मीडिया जो टूल आम रिलेटिड ही होना चाहिए कि मैं आ कर लग्या इतने आ जाइ मैं इतने परफॉर्म करना इतने आ जाइ तो आ मेरा गाँव आना उदू अलावा जी परसनल लाइफ आ मैं लगता परसनल ही होनी चाहिए हम मैं कि शेक पी रहा की खा रहा कभी कभी जायज़ पर हर टाइम तुम लोग दसी जा रहा मैं इतने आ गया कर रहा कर रहा ठीक है जिदा जिदा तुम व्डे होंगे मिलना का ता चा घटता जाता लोगों हर चीज़ दस शुरू शुरू चलता एक बहुत वाली पॉइंट की है कि जी काम वास्ते पोस्ट करते है ना पर परसनल नहीं पोस्ट करते पर यही चीज़ा तो अखियो जे फैनस है खास करके जीडिया लेडी फैनस है गर्ल फैनस है परसनल लाइफ बारे जानना चाहते हैं सो एक गल तो यू नो हम यू नो पहली गल तो यू नो इन्ना सोहना गभरू हो परसनल लाइफ बारे कुछ दसता नहीं सिंगल आ टेक इन आ की गल है यू नो यही चीज़ा तो वो चाहती है कि सानू पता लगे अजकल सिंगल एक डेढ़ साल तो सिंगल अच्छा एक साल डेढ़ साल तो तुसी सिंगल आ काते पता नहीं हुन बस सिंगल काते दा पता नहीं सो की रिक्वायरमेंट्स है जी एक तुसी यू नो इने सोलफुल तुसी गीत लिखदे आ इनी डीप कनेक्शन ताडी हैगी आ यू नो एक प्यार नाल ताडी कनेक्शन तो जेड़ी हैगी हैगी जदों तुसी लिखदे आ हैना ते बाकी असी जदे देखदे आ वी रुख होवे हैना खाब होण कि कुदरत नाल जेड़े ताडे जेड़े गीत आ बड़े कनेक्टेड हैगे आ हैना तुसी कुछ हैगा ताडे च वी तुसी एक सोलफुल इंसान आ कि तुसी जेड़ा आसमान दे उत्ते रहंदे आ वी धरती ते थोड़ा जिहा औखा आ वी तुसी होर चीजां नाल जुड़े आ हां जी तुसी कह सकदे आ मैनूं नेचर सारा कुछ ही जरूरी है ये भी गल चंगी नहीं है कि कल्ले भी रहना या किदा है ना सोलफुल हैगा थोड़ा जिहा मैनूं वधिया म्यूजिक वधिया लगदा गज़लां वधिया लगदियां अज कवालियां वधिया लगदियां सुननियां ਮੈਨੂੰ ਗਾਉਣੀਆਂ ਨਹੀਂ ਆਉਂਦੀਆਂ ਪਰ ਸੁਣਨਾ ਵਧੀਆ ਲੱਗਦਾ ਯੰਗ ਉਮਰ ਦੇ ਵਿੱਚ ਕਿਉਂਕਿ ਜਦੋਂ ਅਸੀਂ ਨਾ ਯੂ ਨੋ ਸੋਚਦੇ ਕਵਾਲੀਆਂ ਦੀ ਗਜ਼ਲਾਂ ਤੇ ਗੱਲ ਅਸੀਂ ਸਾਡਾ ਓਲਡਰ ਜਨਰੇਸ਼ਨ ਹੈ ਸਾਡੇ ਜਿਹੜੇ ਪੇਰੈਂਟਸ ਹੈ ਉਹ ਜ਼ਿਆਦਾ ਸੁਣਦੇ ਆ ਮੈਨੂੰ ਨਹੀਂ ਲੱਗਦਾ ਮੈਟਰ ਕਰਦਾ ਨੋ ਇਟ ਡਸਨਟ ਬਟ ਤੁਸੀਂ ਕਿਵੇਂ ਇਹਨਾਂ ਨਾਲ ਜੁੜੇ ਆ ਇਨ ਯੰਗ ਏਜ ਮੈਨੂੰ ਨਹੀਂ ਲੱਗਦਾ ਕੋਈ ਏਜ ਮੈਟਰ ਕਰਦੀ ਹੈ ਇਹ ਚੀਜ਼ਾਂ ਸੁਣਨ ਲਈ ਇਹ ਮੈਨੂੰ ਲੱਗਦਾ ਮੇਰਾ ਮਿਊਜ਼ਿਕ ਟੇਸਟ ਮੈਟਰ ਕਰਦਾ ਮੈਂ ਸਾਰਾ ਕੁਝ ਸੁਣਦਾ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਆਹੀ ਸੁਣਦਾ ਤੇ ਮੈਂ ਅੱਜ ਕੱਲ ਦੇ ਗਾਣੇ ਨਹੀਂ ਸੁਣਦਾ ਮੈਂ ਸਾਰੇ ਸਿੰਗਰਸ ਨੂੰ ਸੁਣਦਾ ਮੈਨੂੰ ਵਧੀਆ ਲੱਗਦੇ ਜਿਹੜੇ ਗਾਣੇ ਮੈਨੂੰ ਵਧੀਆ ਲੱਗਦੇ ਉਹ ਵਧੀਆ ਲੱਗਦੇ ਪਰ ਇਹ ਉਹ ਚੀਜ਼ਾਂ ਜਿਹੜੀਆਂ ਮੈਨੂੰ ਜ਼ਿਆਦੀਆਂ ਪਸੰਦ ਆ ਜਿਹੜੀਆਂ ਮੈਨੂੰ ਸਕੂਨ ਦਿੰਦੀਆਂ ਜਦੋਂ ਤੁਸੀਂ ਆਪਣਾ ਟਾਈਮ ਸਪੈਂਡ ਕਰ ਰਹੇ ਹੋ ਤੁਹਾਨੂੰ ਕੋਈ ਸੋਲਫੁਲ ਚੀਜ਼ ਲੱਗੀ ਹੋਈ ਹੈ ਵਧੀਆ ਲੱਗਦੀ ਹੈ ਤੁਸੀਂ ਕਨੈਕਟੀਵਿਟੀ ਜ਼ਿਆਦਾ ਫੀਲ ਕਰਦੇ ਹੋ ਕੁਦਰਤ ਨਾਲ ਰੱਬ ਨਾਲ ਜੀ 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 ਸੋ ਉਹੀ ਹੈ ਨਾ ਕਿ ਉਹ ਤੁਹਾਡੇ 'ਚ ਹੈਗਾ ਥੋੜ੍ਹਾ ਸੋਫਾ ਬਿਕੋਜ਼ ਅਸੀਂ ਤੁਹਾਡੇ ਗੀਤਾਂ ਦੇ ਵਿੱਚ ਹੋਣਾ ਵੀ ਤੁਸੀਂ ਸਿੰਗਰ ਵੀ ਆ ਰਾਈਟਰ ਵੀ ਆ ਕੰਪੋਜ਼ਰ ਵੀ ਸੋ ਉੱਥੋਂ ਨਾ ਜਿਹੜੇ ਫੀਲਿੰਗਸ ਉਹ ਬੜੀਆਂ ਨਾ ਅੰਦਰੋਂ ਡੂੰਘੀਆਂ ਆਉਂਦੀਆਂ ਹੁੰਦੀਆਂ ਨਾ ਮੈਨੂੰ ਇਦਾਂ ਲੱਗਦਾ ਕਿ ਤੁਸੀਂ ਜਿੱਦਾਂ ਦੇ ਹੁੰਦੇ ਆ ਉਹੀ ਤੁਸੀਂ ਜਦੋਂ ਗਾਉਂਦੇ ਹੋ ਤੁਹਾਡੇ ਗਾਣਿਆਂ 'ਚ ਦਿਖਦਾ ਵੀ ਹੈ ਹੁਣ ਜੇ ਮੈਂ ਜਿੱਦਾਂ ਮੇਰੇ ਗਾਣੇ ਦੇ ਵਿੱਚ ਮੇਰਾ ਅਕਸ ਹੈਗਾ ਉਹ ਜਿਹੜਾ ਪਰਛਾਵਾਂ ਦੇਖਦਾ ਕਿ ਮੈਂ ਉਦਾਂ ਦਾ ਹੁਣ ਕੋਈ ਵੀ ਬੰਦਾ ਆ ਮੈਂ ਉਹਦੇ ਗਾਣਿਆਂ ਤੋਂ ਆਪਾਂ ਇਹ ਹਿਸਾਬ ਲਾ ਲੈਂਦੇ ਕਿ ਇਹ ਹੋ ਸਕਦਾ ਅਸਲ ਜ਼ਿੰਦਗੀ 'ਚ ਵੀ ਇਦਾਂ ਦਾ ਹੀ ਹੋਵੇ ਜੀ ਜੀ ਸੋ ਠੀਕ ਹੈ ਤੁਹਾਡਾ ਗਾਣੇ ਤੁਹਾਡੇ ਪਰਛਾਵੇਂ ਹੁੰਦੇ ਆ ਜੀ ਬਿਲਕੁਲ ਸੋ ਤੁਹਾਡੇ ਗਾਣੇ ਤੁਹਾਡੇ ਪਰਛਾਵੇਂ ਵੀ ਹੁੰਦੇ ਆ ਤੇ ਨਾਲ ਦੀ ਨਾਲ ਯੂ ਨੋ ਤੁਹਾਡਾ ਆਪਣਾ ਕੋਈ ਵੀ ਜਿਹੜਾ ਕੀਤਾ ਹੋਇਆ ਤੁਹਾਨੂੰ ਹਰੇਕ ਚੀਜ਼ ਆਪਣੀ ਸੋਹਣੀ ਲੱਗਦੀ ਹੈ ਤੁਹਾਡਾ ਕੋਈ ਵੀ ਗੀਤ ਹੈ ਨਾ ਪਰ ਇੱਕ ਇਹੋ ਜਿਹੜਾ ਗੀਤ ਜਿਹੜਾ ਤੁਸੀਂ ਆਪ ਲਿਖਿਆ ਆ ਜਿਹੜਾ ਤੁਹਾਨੂੰ ਅੱਜ ਤੱਕ ਜਿੰਨੇ ਮਰਜ਼ੀ ਤੁਹਾਡੇ ਹਿੱਟ ਹੋ ਗਏ ਗਾਣੇ ਹੈ ਨਾ ਖੁਆਬ ਤਾਂ ਆਪਾਂ ਨੂੰ ਪਤਾ ਹਰੇਕ ਦੇ ਜ਼ਬਾਨ ਦੇ ਉੱਤੇ ਹੈਗਾ ਵੀ ਇਹੋ ਜਿਹੜਾ ਗੀਤ ਆ ਪਰ ਤੁਹਾਡਾ ਕੋਈ ਜਿਹੜਾ ਤੁਹਾਡਾ ਜ਼ਿਆਦਾ ਪਿਆਰਾ ਜਿਹੜੇ ਤੁਹਾਡੇ ਜਿਹੜੇ ਸੋਲਫੁਲਨੈਸ ਨੇ ਜਿੱਥੇ ਤੁਸੀਂ ਯੂ ਨੋ ਬਹੁਤ ਵਧੀਆ ਥਾਂ ਤੇ ਲਿਖਿਆ ਹੋਗਾ ਦੈਟ ਮੀਨਸ ਸਮਥਿੰਗ ਟੂ ਯੂ ਉਹਦੇ ਬਾਰੇ ਦੱਸੋ ਤੇ ਦੋ ਬੋਲ ਸੁਣਾ ਇੱਕ ਦੋ ਗਾਣੇ ਹੈਗੇ ਇਦਾਂ ਦੇ ਜਿਹੜੇ ਮੇਰੇ ਲਿਖੇ ਆ ਤੇ ਮੈਨੂੰ ਬਹੁਤ ਪਸੰਦ ਆ ਖੁਆਬ ਤੋਂ ਵੀ ਜ਼ਿਆਦਾ ਪਸੰਦ ਆ ਇੱਕ ਤਾਂ ਮਖੌਲ ਆ ਮਖੌਲ ਇਜ਼ ਅ ਬਿਊਟੀਫੁਲ ਸੌਂਗ ਉਹ ਮੇਰਾ ਇੱਕ ਬ੍ਰੇਕਅਪ ਹੋਇਆ ਸੀ ਮਖੌਲ 2014 ਰਾਈਟ ਉਹਦੀ ਇਨਸਪੀਰੇਸ਼ਨ ਉਹਦੇ ਪਿੱਛੇ ਆ ਉਹ ਗਾਣਾ ਹਾਂਜੀ ਮੈਂ ਉਦੋਂ ਲਿਖਿਆ ਸੀ ਉਹ ਮੈਨੂੰ ਬਹੁਤ ਹੀ ਪਸੰਦ ਆ ਹਮੇਸ਼ਾ ਮੇਰੇ ਲਈ ਬਹੁਤ ਵੱਡਾ ਗਾਣਾ ਰਹੂਗਾ ਹਮੇਸ਼ਾ ਉਹ ਗਾਣੇ ਨਾਲ ਮੇਰਾ ਬੜਾ ਕਨੈਕਸ਼ਨ ਹੈ ਤੇ ਇੱਥੇ ਰੁੱਖ ਰੁੱਖ ਮੈਨੂੰ ਬਹੁਤ ਪਸੰਦ ਹੈ ਰੁੱਖ ਇਜ਼ ਬਿਊਟੀਫੁਲ ਹਾਂਜੀ ਬਟ ਯੂ ਨੋ ਅਸੀਂ ਮਖੌਲ ਦਾ ਜੇ ਦੋ ਬੋਲ ਹੋ ਜਾਣ ਹਾਂਜੀ ਅਸੀਂ ਕਰਦੇ ਰਹਿ ਪਿਆਰ ਨੂੰ ਇਹ ਉਹਦੇ ਲਈ ਮਖੌਲ ਸੀ ਉਹ ਹੱਸਦੀ ਰਹੀ ਮੈਂ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੌਲ ਸੀ ਤੈਨੂੰ ਵੇਖ ਵੇਖ ਮੈਂ ਖੁਸ਼ ਹੁੰਦਾ ਅਣਭੋਲ ਜਿਹਾ ਜਦ ਹੱਸਦੀ ਸੀ ਸੱਚ ਜਾਣੀ ਅੰਦਰੋਂ ਟੁੱਟ ਜਾਂਦਾ ਜਦੋਂ ਆ ਕੇ ਦੁੱਖੜੇ ਦੱਸਦੀ ਸੀ ਕੀ ਪਾਇਆ ਤੇ
ਕੀ ਖੋਇਆ ਮੈਂ ਹੋ ਗਈ ਇੱਕ ਕਲੋਲ ਸੀ ਅਸੀਂ ਕਰਦੇ ਪਿਆਰ ਨੂੰ ਇਹ ਉਹਦੇ ਲਈ ਮਖੌਲ ਸੀ ਬਿਊਟੀਫੁਲ ਬਹੁਤ ਖੂਬ ਥੈਂਕ ਯੂ ਸੋ ਮੱਚ ਅਖੀਲ ਬਿਊਟੀਫੁਲ ਵਰਡਸ ਆਈ ਥਿੰਕ ਬਿਆਨ ਨਹੀਂ ਕਰ ਸਕਦੇ ਵੀ ਤੁਹਾਡੇ ਆਵਾਜ਼ ਕਿੰਨੀ ਬੁਲੰਦ ਆ ਐਂਡ ਯੂ ਨੋ ਇਹੀ ਮੇਰੇ ਕੁਐਸਚਨ ਨੈਕਸਟ ਸੀ ਵੀ ਤੁਸੀਂ ਕਿਸੇ ਲਈ ਕਦੀ ਗੀਤ ਲਿਖਿਆ ਸੀਗਾ ਅਤੇ ਮੈਨੂੰ ਲੱਗਦਾ ਓਬਵੀਅਸਲੀ ਮਖੌਲ ਤਾਂ ਤੁਸੀਂ ਹੁਣ ਜ਼ਿਕਰ ਹੀ ਕਰ ਦਿੱਤਾ ਵੀ ਬ੍ਰੇਕਅਪ ਤੋਂ ਬਾਅਦ ਸੀਗਾ ਜੇ ਤੁਸੀਂ ਅੱਜ ਕਿਤਾਬ ਲਿਖਣੀ ਹੋਵੇ ਹੈਨਾ ਕਿਉਂਕਿ ਤੁਸੀਂ ਲਿਖਣ 'ਚ ਬੜੇ ਯੂ ਨੋ ਮਾਹਰ ਆ ਕਾਹਦੇ ਬਾਰੇ ਤੁਸੀਂ ਲਿਖੋਗੇ ਨਹੀਂ ਪਹਿਲੀ ਗੱਲ ਤਾਂ ਮੈਂ ਲਿਖਣ 'ਚ ਬਿਲਕੁਲ ਵੀ ਮਾਹਰ ਨਹੀਂ ਤੁਹਾਨੂੰ ਮੈਂ ਸੱਚੀ ਪੂਰੀ ਓਨੈਸਟੀ ਨਾਲ ਦੱਸਦਾ ਕਿ ਮੈਂ ਬਹੁਤਾ ਵਧੀਆ ਨਹੀਂ ਲਿਖਦਾ ਮੈਨੂੰ ਪਤਾ ਕਿ ਮੈਂ ਹਲਕਾ ਫੁਲਕਾ ਜਿਹਾ ਟਾਈਮ ਪਾਸ ਵਾਲਾ ਸਿਸਟਮ ਹੈ ਮੇਰਾ ਨਾ ਹੀ ਮੈਂ ਆਪਣੇ ਨੂੰ ਕਦੀ ਰਾਈਟਰ ਮੰਨਿਆ ਔਰ ਨਾ ਹੀ ਮੈਂ ਹੈਗਾ ਔਰ ਨਾ ਹੀ ਮੇਰੀ ਇੰਨੀ ਹਾਂਜੀ ਕਿਉਂਕਿ ਮੈਨੂੰ ਪਤਾ ਕਿ ਹਰੇਕ ਨੂੰ ਪਤਾ ਹੁੰਦਾ ਆਪਣੀ ਉਹਦਾ ਕੈਪੇਬਿਲਿਟੀ ਦਾ ਕਿ ਉਹ ਕਿੰਨਾ ਕੁ ਵਧੀਆ ਲਿਖਦਾ ਮੈਂ ਠੀਕ ਹੈ ਮੈਂ ਜਿੰਨੇ ਕੁ ਲਿਖੇ ਮੇਰੇ ਕੋਈ ਬੜੇ ਡਿਫੀਕਲਟ ਲਿਰਿਕਸ ਨਹੀਂ ਸੀ ਠੀਕ ਠੀਕ ਸੀ ਮੇਰੇ ਦੋਸਤ ਵੀ ਕਹਿੰਦੇ ਹੁੰਦੇ ਕਿ ਹਲਕਾ ਫੁਲਕਾ ਜਿਹਾ ਹੀ ਲਿਖਦਾ ਤੂੰ ਪਰ ਮੈਂ ਕਿਤਾਬ ਤੋਂ ਬਾਰੇ ਤਾਂ ਨਹੀਂ ਸੋਚਿਆ ਨਾ ਮੈਂ ਇੰਨਾ ਜ਼ਿਆਦਾ ਲਿਖ ਸਕਦਾ ਪਰ ਹਾਂ ਇਹ ਗਾਣੇ ਉਦੋਂ ਲਿਖੇ ਗਏ ਕਿਉਂਕਿ ਉਦੋਂ ਮੇਰੇ ਨਾਲ ਇਹ ਮੈਂ ਫੀਲ ਕਰ ਰਿਹਾ ਸੀ ਕਦੇ ਸੁਪਨੇ ਵੀ ਜਦੋਂ ਲਿਖਿਆ ਸੀ ਉਦੋਂ ਵੀ ਮੈਂ ਪਿਆਰ 'ਚ ਸੀਗਾ ਕਦੇ ਆਵੇ ਕਦੇ ਜਾਵੇ ਮੇਰੇ ਸੁਪਨੇ 'ਚ ਗੇੜੇ ਲਾਵੇ ਸੋ ਇਹ ਹਲਕੇ ਫੁਲਕੇ ਜਿਹੇ ਗਾਣੇ ਉਦੋਂ ਮੈਂ ਲਿਖੇ ਸੀ ਕਿਉਂਕਿ ਉਦੋਂ ਮੇਰੀ ਜ਼ਿੰਦਗੀ ਜੋ ਚੱਲਦਾ ਸੀ ਮੈਂ ਲਿਖ ਦਿੰਦਾ ਸੀ ਉਸ ਤੋਂ ਬਾਅਦ ਥੋੜ੍ਹਾ ਜਿਹਾ ਬੰਦਾ ਜਦੋਂ ਆਰਟਿਸਟ ਬਣ ਜਾਂਦਾ ਫਿਰ ਕੰਮਾਂ 'ਚ ਪੈ ਜਾਂਦਾ ਸ਼ੋਜ਼ ਲਾਉਣ ਲੱਗ ਪੈਂਦਾ ਥੋੜ੍ਹਾ ਜਿਹਾ ਉਸ ਤੋਂ ਬਾਅਦ ਲਿਖਣਾ ਘਟਾਤਾ ਰੁੱਖ ਲਿਖਿਆ ਸੀ ਉਸ ਤੋਂ ਬਾਅਦ ਠੀਕ ਆ ਜਿੰਨਾ ਕੁ ਵੀ ਮੈਂ ਲਿਖ ਪਾਇਆ ਜਾਂ ਜਿਹੜੇ ਗਾਣੇ ਮੈਨੂੰ ਪਸੰਦ ਹੋਏ ਰਾਈਟਰਸ ਦੇ ਮੈਂ ਉਹ ਵੀ ਲਏ ਵਧੀਆ ਲੱਗਦਾ ਚੰਗੇ ਗਾਣੇ ਗਾਉਣੇ ਮੈਟਰ ਇਹ ਕਰਦਾ ਕਿ ਤੁਸੀਂ ਗਾ ਕੀ ਰਹੇ ਹੋ ਬਸ ਉਹ ਚੰਗਾ ਹੋਣਾ ਚਾਹੀਦਾ ਬਸ ਇੱਕ ਟੌਪਿਕ ਜਿਹੜੀ ਤੁਹਾਡੇ ਦਿਲ ਨੂੰ ਜ਼ਿਆਦਾ ਛੂਹਦੀ ਪਿਆਰ ਤੇ ਕਿਤਾਬ ਹੋਗੀ ਜਾਂ ਯੂ ਨੋ ਸਫਰ ਦੀ ਹੋਗੀ ਸੁਪਨਿਆਂ ਦੀ ਹੋਗੀ ਮੈਨੂੰ ਲੱਗਦਾ ਕਿ ਸੁਪਨਿਆਂ ਦੀ ਕਿਤਾਬ ਹੋ ਸਕਦੀ ਕਿਉਂਕਿ ਸੁਪਨੇ ਜ਼ਰੂਰ ਦੇਖਣੇ ਚਾਹੀਦੇ ਮੇਰੇ ਨਾਲ ਵੀ ਇਹ ਮੇਰੇ ਵੀ ਸਾਰੇ ਸਾਕਾਰ ਹੋਏ ਮੈਨੂੰ ਇਦਾਂ ਲੱਗਦਾ ਕਿ ਸੁਪਨੇ ਵੇਖਣ ਨਾਲ ਹੀ ਸੱਚੇ ਹੁੰਦੇ ਆ ਪਰ ਜੇ ਤੁਸੀਂ ਨਹੀਂ ਵੇਖੋਗੇ ਤਾਂ ਸੱਚੇ ਹੋ ਹੀ ਨਹੀਂ ਸਕਦੇ ਦੁਨੀਆਂ 'ਚ ਜਾਦੂ ਵਾਪਰਦਾ ਮੈਜਿਕ ਹੁੰਦਾ ਤੇ ਉਹ ਮੈਜਿਕ ਮੇਰੇ ਨਾਲ ਵੀ ਹੋਇਆ ਔਰ ਮੈਨੂੰ ਇਦਾਂ ਲੱਗਦਾ ਕਿ ਹਰ ਬੰਦੇ ਨੂੰ ਖੁਆਬ ਦੇਖਣੇ ਚਾਹੀਦੇ ਖੁਆਬ ਸੁਪਨੇ ਮੇਰੀ ਜ਼ਿੰਦਗੀ 'ਚ ਬਹੁਤ ਰਿਲੇਟ ਕਰਦਾ ਇਹ ਸਾਰਾ ਕੁਝ ਤਾਂ ਹੀ ਮੇਰੇ ਹਰੇਕ ਗਾਣੇ 'ਚ ਮੋਸਟਲੀ ਇਹ ਸ਼ਬਦ ਆ ਹੀ ਜਾਂਦਾ ਕਿਤੇ ਨਾ ਕਿਤੇ ਜੀ 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 ਸੁਪਨੇ ਜ਼ਰੂਰ ਦੇਖੋ ਆਪਣੀ ਜ਼ਿੰਦਗੀ 'ਚ ਸੱਚ ਹੁੰਦੇ ਆ ਸੋ ਸੱਚ ਹੁੰਦੇ ਇਹ ਇੱਕ ਬੜੀ ਪੋਜ਼ਿਟਿਵ ਲਾਅ ਆਫ ਅਟ੍ਰੈਕਸ਼ਨ ਕਹਿੰਦੇ ਹੁੰਦੇ ਤੁਸੀਂ ਕਈ ਵਾਰੀ ਜੋ ਸੋਚੋ ਉਹ ਹੋ ਜਾਂਦਾ ਆ ਕਦੀ ਇਹ ਵੀ ਹੁੰਦਾ ਵੀ ਤੁਸੀਂ ਜਿਹੜੀ ਚੀਜ਼ ਤੋਂ ਡਰਦੇ ਉਹ ਵੀ ਤੁਹਾਡੇ ਨਾਲ ਹੋਇਆ ਹੋਗਾ ਕੋਈ ਵੀ ਡਰ ਤੁਹਾਨੂੰ ਜ਼ਿੰਦਗੀ ਦਾ ਹੋਵੇ ਕੋਈ ਵੀ ਚੀਜ਼ ਦਾ ਉਹ ਵੀ ਕਦੀ ਪੂਰਾ ਹੋਇਆ ਡਰ ਬਸ ਇਹੀ ਹੈ ਕਿ ਜ਼ਿੰਦਗੀ ਦਾ ਕਿ ਲੋਕੀ ਸੁਣਨਾ ਨਾ ਬੰਦ ਕਰ ਦੇਣ ਮੈਨੂੰ ਇਹ ਡਰ ਲੱਗਦਾ ਕਿ ਮੈਨੂੰ ਹਮੇਸ਼ਾ ਲੋਕ ਸੁਣਦੇ ਰਹਿਣ ਬਸ ਮੇਰਾ ਇਹ ਹੈ ਕਿ ਮੈਂ ਹਮੇਸ਼ਾ ਗਾਉਂਦਾ ਰਹਾਂ ਕਿਉਂਕਿ ਮੈਂ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਹੋਰ ਕਰ ਸਕਦਾ ਮੈਨੂੰ ਇਦਾਂ ਲੱਗਦਾ ਕਿ ਇਹ ਮੈਂ ਇਹਦੇ ਲਈ ਹੀ ਬਣਿਆ ਮੈਂ ਐਂਟਰਟੇਨਰ ਹਾਂ ਮੈਂ ਪਰਫੋਰਮ ਕਰਨ ਲਈ ਬਣਿਆ ਔਰ ਮੈਨੂੰ ਜਦੋਂ ਕੋਈ ਸੁਣਦਾ ਲੋਕਾਂ ਦਾ ਸੁਣਨਾ ਮੈਨੂੰ ਸਕੂਨ ਦਿੰਦਾ ਜਦੋਂ ਮੈਂ ਸਟੇਜ 'ਤੇ ਵੀ ਗਾਉਂਦਾ ਲੋਕ ਮੈਨੂੰ ਸੁਣਦੇ ਅਤੇ ਉਹਦੇ ਵਿੱਚ ਹੀ ਮੈਨੂੰ ਸਾਰਾ ਕੁਝ ਮਿਲ ਜਾਂਦਾ ਮੈਨੂੰ ਇਦਾਂ ਲੱਗਦਾ ਕਿ ਜਿਹਨਾਂ ਨੇ ਮੈਨੂੰ ਟਿੱਕ ਕੇ ਸੁਣ ਲਿਆ ਤਾੜੀ ਮਾਰਤੀ ਫਿਰ ਮੈਨੂੰ ਰਾਤ ਨੂੰ ਨੀਂਦ ਵਧੀਆ ਆ ਜਾਂਦੀ ਹੈ ਸੋ ਇਹੀ ਕੁਛ ਕਰ ਸਕਦਾ ਮੇਰਾ ਇਹੀ ਡਰ ਹੈ ਲਾਈਫ ਦਾ ਕਿ ਜਦੋਂ ਜੇ ਇਦਾਂ ਕਦੀ ਹੋਵੇ ਨਾ ਕਿ ਮੈਨੂੰ ਲੋਕ ਸੁਣਨਾ ਬੰਦ ਕਰ ਦੇਣ ਐਂਡ ਆਈ ਡੋਨਟ ਥਿੰਕ ਦੈਟਸ ਐਵਰ ਗੋਇੰ ਟੂ ਹੈਪਨ ਮੈਨੂੰ ਨਹੀਂ ਲੱਗਦਾ ਕਦੀ ਇਦਾਂ ਹੋਗਾ ਵੀ ਯੂ ਨੋ ਇਹ ਵੀ ਬਹੁਤ ਵਧੀਆ ਲੱਗਦਾ ਕਿ ਤੁਸੀਂ ਇਹ ਨਹੀਂ ਕਦੀ ਉਹਨਾਂ ਨੂੰ ਐਡਰੈਸ ਕੀਤਾ ਹੋਇਆ ਸਾਡੇ ਫੈਨਸ ਹੈ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਮੈਨੂੰ ਸੁਣਨ ਵਾਲੇ ਮੈਨੂੰ ਚਾਹਣ ਵਾਲੇ ਜਿਹਨਾਂ ਨੇ ਮੈਨੂੰ ਪਿਆਰ ਦਿੱਤਾ ਸੋ ਬੜਾ ਵਧੀਆ ਲੱਗਦਾ ਇੱਕ ਚੀਜ਼ ਜਿਹੜੇ ਅੱਜ ਤੱਕ ਕਿਸੇ ਨੂੰ ਨਹੀਂ ਅਖੀਲ ਬਾਰੇ ਪਤਾ ਹੋਵੇ ਕੀ ਹੋ ਸਕਦੀ ਹੈ ਉਹ ਗੱਲ ਜਿਹੜੇ ਤੁਸੀਂ ਅੱਜ ਯੂ ਨੋ ਸਾਨੂੰ ਪਤਾ ਹੈ ਵੀ ਤੁਸੀਂ ਬਹੁਤ ਪ੍ਰਾਈਵੇਟ ਰਹਿੰਦੇ ਆ ਸੋਸ਼ਲ ਮੀਡੀਆ ਤੋਂ ਵੀ ਤੁਸੀਂ ਦੂਰ ਰਹਿੰਦੇ ਆ ਪਰ ਜਿਹੜੀ ਗੱਲ ਤੁਸੀਂ ਕਦੀ ਨਾ ਸ਼ੇਅਰ ਕੀਤੀ ਹੋਵੇ ਕਿਉਂਕਿ ਅਸੀਂ ਹੈ ਨਾ ਬਹੁਤ ਤੁਹਾਡੇ ਤੇ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਖੀਲ ਬੜਾ ਪ੍ਰਾਈਵੇਟ ਬੰਦਾ ਆ ਇਹ ਗੱਲ ਅਸੀਂ ਜਿਹੜੀ ਕਿਸੇ ਨੂੰ ਨਹੀਂ ਪਤਾ ਮੇਰੇ ਬਾਰੇ ਕਿਸੇ ਨੂੰ ਵੀ ਤੁਹਾਡੇ ਬਾਰੇ ਪਤਾ ਹੋਵੇ ਮੈਂ ਸ਼ਰਾਰਤੀ ਬਹੁਤ ਹੈ ਸ਼ਰਾਰਤੀ ਬਹੁਤ ਹੈ ਬਹੁਤ ਹੈ ਮੈਂ ਹੀ ਬਹੁਤ ਖੱਪ ਕਰੀਦੀ ਹੈ ਲੋਕਾਂ ਦੇ ਮੈਨੂੰ ਹਮੇਸ਼ਾ ਮੈਸੇਜ ਆਉਂਦੇ ਕਿ ਤੂੰ ਬੜਾ ਸਾਰੇ ਹੁੰਦੇ ਹੀ ਆ ਯਾਰ ਦੋਸਤ ਜਿੱਦਾਂ ਸਾਰੇ ਖੱਪੀ ਹੁੰਦੇ ਆ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਆ ਇੱਕ ਦੂਸਰੇ ਨਾਲ ਖੱਪ ਪਾਉਂਦੇ ਅਸੀਂ ਵੀ ਉਦਾਂ ਦੇ ਹੀ ਆ ਪਰ ਲੋਕਾਂ ਨੂੰ ਇਦਾਂ ਲੱਗਦਾ ਕਿ ਮੈਂ ਹੋਰ ਹਿਸਾਬ ਨਾਲ ਰਹਿਣਾ ਸ਼ਾਂਤ ਰਹਿਣਾ ਇਦਾਂ ਦਾ ਕੁਛ ਨਹੀਂ ਆ ਉਹ ਮੇਰੀ ਪ੍ਰਾਈਵੇਟ ਜ਼ਿੰਦਗੀ ਹੈ ਮੇਰਾ ਪ੍ਰੋਫੈਸ਼ਨ ਆ ਸੋ ਬਿਲਕੁਲ ਡਿਫਰੈਂਟ ਡਿਫਰੈਂਟ ਹੈ ਜੇ ਅੱਜ ਮੈਂ ਤੁਹਾਡਾ ਫੋਨ ਖੋਲ ਕੇ ਦੇਖਾਂ ਨਾ ਜਿਹੜੇ ਤੁਹਾਡੀ ਲਾਸਟ ਪਹਿਲਾਂ ਹੀ ਡਰ ਗਏ ਤੁਸੀਂ ਹੈ ਨਾ ਅਖੀਲ ਕਹਿੰਦਾ ਓ ਮਾਈ ਗੋਡ ਜੇ ਕਿਤੇ ਖਲਾ ਨਾ ਲਵੇ ਪਰ ਜੇ ਮੈਂ ਤੁਹਾਡਾ ਫੋਨ ਖੋਲ ਕੇ ਦੇਖਿਆ ਜਿਹੜੀ ਲਾਸਟ ਗੂਗਲ ਸਰਚ ਆ ਉੱਤੇ ਕੀ ਹੋਗਾ ਲਾਸਟ ਗੂਗਲ ਸਰਚ ਮੈਂ ਟਿਕਟਸ ਚੈੱਕ ਕੀਤੀਆਂ ਹੋਈਆਂ
ਟੋਰਾਂਟੋ ਤੋਂ ਇੰਡੀਆ ਜਾਣ ਲਈ। ਅੱਛਾ ਟੋਰਾਂਟੋ ਤੋਂ ਇੰਡੀਆ। ਹਾਂਜੀ ਮੈਂ ਇਹ ਚੈੱਕ ਕੀਤਾ ਸੀ ਅੱਜ ਸਵੇਰੇ ਉੱਠ ਕੇ ਕਿ ਕਿਹੜੀ ਕਿਹੜੀ ਫਲਾਈਟ ਜਾਂਦੀ ਹੈ ਮੈਂ ਵਾਪਸ ਕਰਾਂ। ਠੀਕ ਹੈ ਚਲ ਬਚ ਕੇ ਤੁਸੀਂ ਇਸ ਕੁਐਸਚਨ ਤੋਂ ਇਹ ਅਸੀਂ ਇਥੇ ਮੰਨ ਲੈਂਦੇ ਆ। ਐਂਡ ਦੇ ਵਿੱਚ ਅਖੀਲ ਮੈਨੂੰ ਪਤਾ ਕਿ ਯੂ ਨੋ ਤੁਹਾਡੇ ਅੱਜ ਤੁਸੀਂ ਵੈਂਕੂਵਰ ਪਹੁੰਚੇ, ਤੁਹਾਡੇ ਪ੍ਰੋਜੈਕਟਸ ਬਹੁਤ ਆ, ਤੁਹਾਡੇ ਸ਼ੋਜ਼ ਵੀ ਇਥੇ ਹੋਣ ਜਾ ਰਹੇ ਆ, ਬਟ ਜੇ ਅਸੀਂ ਹੁਣ ਤੁਹਾਡੇ ਫਿਊਚਰ ਪ੍ਰੋਜੈਕਟਸ ਬਾਰੇ ਗੱਲ ਕਰੀਏ, ਕੀ ਆ ਰਿਹਾ, ਕੀ ਤੁਹਾਡੇ ਫੈਨਸ ਤੁਹਾਨੂੰ ਦੇਖ ਸਕਦੇ ਆ? ਯੂ ਨੋ ਇਸ ਸਾਲ ਮੈਂ 5-6-7 ਗਾਣੇ ਰਿਲੀਜ਼ ਕਰਨ ਦੀ ਸੋਚੀ ਸੀ ਜਿੱਦਣ 31 ਦਸੰਬਰ ਸੀ, ਮੈਂ ਸੋਚਿਆ ਸੀ ਇਸ ਸਾਲ ਮੈਂ ਗਾਣੇ ਛੱਡਣੇ ਆ, ਇਸ ਸਾਲ ਮੈਂ ਥੋੜ੍ਹਾ ਸਲੋ ਨਹੀਂ ਉਹ ਹੋਣਾ ਮੈਂ ਗਾਣੇ ਛੱਡਣੇ, ਪਰ ਕਿਉਂਕਿ ਹੁਣ 1-2 ਮਹੀਨੇ ਸਾਨੂੰ ਟਰੈਵਲ 'ਚ ਹੀ ਲੰਘ ਗਏ, ਆਪਾਂ ਸ਼ੋਜ਼ ਵਗੈਰਾ ਕਰ ਰਹੇ ਸੀ, ਹੁਣ ਮੈਂ ਇੱਧਰ ਆ ਗਿਆ, ਪਰ ਇੱਕ ਗਾਣਾ ਸੀ ਸ਼ੋਅ ਦੇ ਉੱਤੇ ਰਿਲੀਜ਼ ਕਰਨਾ, ਅਸੀਂ ਹੁਣੇ ਪਲਾਨ ਕਰੀ ਜਾਂਦੇ ਸੀ, ਉਹਦੀ ਵੀਡੀਓ ਵੀ ਬਣੀ ਹੋਈ ਹੈ, ਆਡੀਓ ਅਸੀਂ ਕੱਲ ਸ਼ਾਮ ਨੂੰ ਸ਼ੋਅ ਤੇ ਪਲੇ ਕਰਨੀ ਹੈ। ਵੈਰੀ ਗ੍ਰੇਟ। ਫਿਰ 4 ਮਾਰਚ ਨੂੰ ਟੋਰਾਂਟੋ ਵਾਲੇ ਜਿੱਦਣ ਸ਼ੋਅ ਹੋਣਾ ਉਦੋਂ ਉਹਦੀ ਅਫੀਸ਼ੀਅਲ ਵੀਡੀਓ ਰਿਲੀਜ਼ ਹੋਣੀ ਹੈ, ਉਦੋਂ ਉਹ ਗਾਣਾ ਲਾਂਚ ਹੋਣਾ, ਫਿਰ ਉਸ ਤੋਂ ਬਾਅਦ ਇੱਕ ਗਾਣੇ ਦਾ ਸ਼ੂਟ ਹੈ ਇੱਥੇ ਹੀ, ਫਿਰ ਉਹ ਜਾ ਕੇ ਇੰਡੀਆ ਜਾ ਕੇ ਕਰਨਾ, ਮਤਲਬ 5-7 ਗਾਣੇ ਇਸ ਸਾਲ ਮੈਂ ਕਰੂੰਗਾ, ਮਤਲਬ ਮੈਂ ਟਰਾਈ ਕਰੂੰਗਾ ਜੇ ਹੋ ਜਾਏ ਤਾਂ, ਪਰ ਪ੍ਰੋਮਿਸ ਹੈ ਕਿ ਮੈਂ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗਾ। ਯੈਸ, ਬਿਕਾਜ਼ ਤੁਹਾਡੇ ਫੈਨਸ ਬੜੇ ਬੇਸਬਰੀ ਨਾਲ ਰੀ ਕਰਦੇ ਵੇ ਤੁਹਾਡੇ ਜਿਹੜੇ ਨਵੇਂ ਗੀਤ ਆ, ਕਿ ਹਮੇਸ਼ਾ ਉਹ ਹਿੱਟ ਹੁੰਦੇ ਆ, ਭਾਵੇਂ ਤੁਹਾਡੇ ਅੱਖਾਂ ਦੇ ਵਿੱਚ ਨਹੀਂ ਪਰ ਸਾਡੇ ਵਾਸਤੇ ਡੈਫੀਨਿਟਲੀ। ਸੋ ਜਾਂਦੇ ਹੋਏ ਅਸੀਂ ਉਹ ਜਿਹੜਾ ਤੁਹਾਡਾ ਗੀਤ ਆ ਜਿਹੜਾ 2016 ਦੇ ਵਿੱਚ ਬਹੁਤ ਮਸ਼ਹੂਰ ਹੋਇਆ ਸੀਗਾ, ਉਹਦੇ 2 ਬੋਲ ਅਸੀਂ ਸੁਣਾਂਗੇ, ਪਰ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਯੂ ਨੋ ਡੈਫੀਨਿਟਲੀ ਇੱਕ ਜਿਹੜੀ ਹੱਲਾਸ਼ੇਰੀ ਇੱਕ ਸ਼ਾਬਾਸ਼ ਦੇਣੀ ਚਾਹੁੰਦੀ ਕਿ ਤੁਸੀਂ ਜਿਹੜੇ ਸਾਡੇ ਯੂਥ ਨੂੰ ਆ ਬੜੇ ਪੰਜਾਬੀ ਮਾਂ ਬੋਲੀ ਨਾਲ ਤੁਸੀਂ ਜੁੜਿਆ ਹੋਇਆ, ਬਿਕਾਜ਼ ਆਬਵੀਅਸਲੀ ਤੁਸੀਂ ਹਥਿਆਰਾਂ ਤੋਂ ਨਸ਼ਿਆਂ ਤੋਂ ਇਹੋ ਜਿਹੇ ਗੀਤਾਂ ਤੋਂ ਖੜਕੇ ਦੜਕਿਆਂ ਤੋਂ ਦੂਰ ਰਹਿੰਦੇ ਆ, ਆਈ ਥਿੰਕ ਜਿਹੜੀ ਸਾਡੀ ਵੀ ਆਡੀਅੰਸ ਅਪਰੀਸ਼ੀਏਟ ਕਰਦਾ ਆ। ਆਪਣੀ ਜਿਹੜੀ ਪਿਛਲੀ ਇੰਟਰਵਿਊ ਹੋਈ ਸੀ ਉਹਦੇ ਵਿੱਚ ਇੱਕ ਜਿਹੜਾ ਤੁਹਾਡਾ ਗੀਤ ਡਿਸੰਬਰ ਦੇ ਵਿੱਚ ਰਿਲੀਜ਼ ਹੋਇਆ ਸੀ ਉਹਦੇ ਬਾਰੇ ਮੈਂ ਤੁਹਾਡੇ ਨਾਲ ਕੀਤੀ ਸੀ ਖਾਣਾ ਬਦੋਸ਼। ਸੋ ਅਸੀਂ ਬੜਾ ਜਦੋਂ ਇਹ ਗੀਤ ਰਿਲੀਜ਼ ਹੋਇਆ, ਜਦੋਂ ਇਹਦਾ ਜਿਹੜਾ ਟਾਈਟਲ ਹੀ ਆਇਆ ਹੈ ਨਾ, ਸਾਨੂੰ ਬੜਾ ਗੂਗਲ ਕਰਨਾ ਪਿਆ, ਹੋਰਾਂ ਨੂੰ ਪੁੱਛਣਾ ਪਿਆ, ਜਿਹੜੇ ਥੋੜ੍ਹੇ ਬਹੁਤੇ ਸਾਡੇ ਨਾਲ ਜ਼ਿਆਦਾ ਪੰਜਾਬੀ ਜਾਣਦੇ ਆ, ਵੀ ਇਹੋ ਜਿਹਾ ਤੁਸੀਂ ਜਿਹੜਾ ਲਵਜ਼ ਆ, ਇਹੋ ਜਿਹੜਾ ਤੁਸੀਂ ਗੀਤ ਤੁਸੀਂ ਲਿਖਿਆ ਹੈ, ਵੀ ਯੂ ਨੋ ਹਰੇਕ ਬੱਚੇ ਦੇ ਯੂਥ ਦੇ ਜ਼ਬਾਨ ਦੇ ਉੱਤੇ ਯੂ ਨੋ ਨਹੀਂ ਸੀਗਾ ਇਹ ਜਿਹੜਾ ਵਰਡ ਆ, ਰਾਈਟ, ਗੀਤ ਬੜਾ ਸੋਹਣਾ, ਉਹਦੀ ਜ਼ਿੰਦਗੀ ਇਹੋ ਜਿਹੀ ਆ, ਹੈ ਨਾ, ਅਤੇ ਸੋ ਇਹ ਜਿਹੜੇ ਲਵਜ਼ ਆ, ਯੂ ਨੋ ਤੁਸੀਂ ਕਿੱਥੋਂ ਇਹਨੂੰ ਕੱਢਿਆ, ਕਿੱਦਾਂ ਤੁਹਾਡੇ ਦਿਮਾਗ 'ਚ ਇਹ ਆਇਆ ਵੀ ਆ ਜਿਹੜਾ, ਅਤੇ ਬੜੇ ਤੁਸੀਂ ਭੰਬਲ ਭੂਸੇ 'ਚ ਦੁਨੀਆ ਨੂੰ ਪਾ ਦਿੱਤਾ ਇਹਦੇ ਨਾਲ? ਉਹ ਮੈਂ ਨਹੀਂ ਸੀ ਲਿਖਿਆ ਗਾਣਾ, ਉਹ ਗਾਣਾ ਇੱਕ ਬਹੁਤ ਵਧੀਆ ਰਾਈਟਰ ਹੈ ਨਿਰਮਾਣ, ਉਹਨੇ ਲਿਖਿਆ ਸੀ। ਮੈਂ ਜਦੋਂ ਗਾਣਾ ਮੈਂ ਸੁਣਿਆ, ਮੈਂ ਸ਼ਿਓਰ ਨਹੀਂ ਸੀ ਕਿ ਇਹ ਗਾਣਾ ਮੈਨੂੰ ਪਹਿਲੀ ਵਾਰ 'ਚ ਇੰਨਾ ਠੀਕ ਠੀਕ ਜਿਹਾ ਲੱਗਿਆ, ਪਰ ਬਾਅਦ 'ਚ ਮੈਂ ਉਹ ਗਾਣਾ ਸੁਣਿਆ, ਮੈਨੂੰ ਬੜਾ, ਕਈ ਗਾਣੇ ਹੁੰਦੇ ਆ ਕਿ ਜਿਹੜੇ ਤੁਹਾਨੂੰ ਇੱਕ ਪਹਿਲੀ ਵਾਰ 'ਚ ਨਹੀਂ ਸਮਝ ਆਉਂਦੇ ਔਰ ਕਿਸੇ ਨੂੰ ਵੀ ਨਹੀਂ ਆਉਂਦੇ, ਹਜੇ ਤੱਕ ਲੋਕਾਂ ਨੂੰ ਵੀ ਨਹੀਂ ਉਹ ਇੰਨਾ ਨਹੀਂ ਵਧੀਆ ਲੱਗਿਆ, ਹੋ ਸਕਦਾ 6 ਮਹੀਨੇ ਸਾਲ ਬਾਅਦ ਲੋਕਾਂ ਨੂੰ ਕੋਈ ਲਾਈਨ ਪਸੰਦ ਆ ਜਾਵੇਗੀ। ਇੱਕ ਮੈਂ ਪਹਿਲਾਂ ਵੀ ਗਾਣਾ ਰਿਲੀਜ਼ ਕੀਤਾ ਸੀ ਬਿਊਟੀਫੁਲ, ਉਹ ਵੀ ਲੋਕਾਂ ਨੂੰ ਪਹਿਲਾਂ ਸਮਝ ਨਹੀਂ ਲੱਗਾ, 2 ਸਾਲ ਬਾਅਦ ਉਹ ਰੀਲਸ 'ਤੇ ਬਹੁਤ ਚੱਲਿਆ ਸੀ ਮੁੜ ਕੇ। ਇੱਦਾਂ ਹੀ ਖਾਨਾ ਬਦੋਸ਼ ਵਰਡ ਨੇ ਮੈਨੂੰ ਬਹੁਤ ਅਟਰੈਕਟ ਕੀਤਾ, ਮੈਨੂੰ, ਔਰ ਮੈਂ ਵੀ ਗੂਗਲ ਕੀਤਾ ਪਹਿਲਾਂ ਕਿ ਖਾਨਾ ਬਦੋਸ਼ ਕੀ ਹੁੰਦਾ, ਮੈਂ ਉਹਨੂੰ ਵੀ ਪਹਿਲਾਂ ਪੁੱਛਿਆ ਖਾਨਾ ਬਦੋਸ਼, ਉਹਨੇ ਮੈਨੂੰ ਦੱਸਿਆ ਜਿਹੜੇ ਘੁੰਮਦੇ ਬਹੁਤ ਵੰਡਰਲਸਟ, ਜਿਹੜੇ ਉਹ ਘੁੰਮਦੇ ਫਿਰਦੇ, ਹਾਂਜੀ ਫਕੀਰ, ਹਾਂਜੀ, ਮੈਨੂੰ ਬੜਾ ਅਟਰੈਕਟ ਕੀਤਾ, ਮੈਂ ਕਿਹਾ ਯਾਰ ਮਤਲਬ ਉਹ ਮੈਨੂੰ ਲੱਗਦਾ ਆਰਟਿਸਟ ਨੂੰ ਆਪਣੀ ਜ਼ਿੰਦਗੀ ਨਾਲ, ਆਪਣੀ ਗਾਇਕੀ ਨਾਲ, ਆਪਣੇ ਗਾਣੇ ਨਾਲ ਐਕਸਪੈਰੀਮੈਂਟ ਕਰਨੇ ਚਾਹੀਦੇ ਆ। ਤੁਸੀਂ ਸੇਮ ਚੀਜ਼ਾਂ ਗਾਈਆਂ ਨੇ ਉਹਨਾਂ, ਤੁਸੀਂ ਵੀ ਬੋਰ ਹੋ ਜਾਂਦੇ। ਸੋ ਮੈਨੂੰ ਲੱਗਿਆ ਕਿ ਖਾਨਾ ਬਦੋਸ਼ ਵਰਡ ਹਾਲੇ ਤੱਕ ਕਿਸੇ ਨੇ ਯੂਜ਼ ਨਹੀਂ ਕੀਤਾ ਪੰਜਾਬੀ ਗਾਣਿਆਂ 'ਚ, ਤਾਂ ਮੈਨੂੰ ਆ ਗਾਣਾ ਰਿਲੀਜ਼ ਕਰਨਾ ਚਾਹੀਦਾ। ਮੈਂ ਗਾਣਾ ਸੁਣਿਆ, ਮੈਨੂੰ ਚੰਗਾ ਵੀ ਲੱਗਿਆ ਕਿ ਕੁੜੀ ਦੀ ਤਾਰੀਫ ਹੋ ਰਹੀ ਕਿ ਇੱਧਰ ਘੁੰਮ ਰਹੀ ਆ, ਝਰਨਿਆਂ ਦੇ ਨਹਾ ਰਹੀ ਆ, ਸੂਰਜ ਦੇ ਨਾਲ ਉੱਠਦੀ, ਚੰਨ ਨਾਲ ਸੌਂਦੀ ਹੈ, ਮੈਨੂੰ ਵਧੀਆ ਲੱਗਿਆ ਗਾਣਾ। ਮੈਂ ਕਿਹਾ ਮੈਨੂੰ ਬਹੁਤ ਜਣਿਆਂ ਨੇ ਕਿਹਾ ਕਮਰਸ਼ੀਅਲ ਨਹੀਂ ਆ, ਮੇਰੇ ਦੋਸਤਾਂ ਨੇ ਕਿਹਾ, ਮੇਰੀ ਟੀਮ ਨੇ ਕਿਹਾ ਕਿ ਨਹੀਂ ਚੱਲਣਾ, ਇੰਨਾ ਨਹੀਂ ਚੱਲਣਾ, ਕਿਉਂਕਿ ਰਿਲੇਟੇਬਲ ਨਹੀਂ ਆ, ਸਾਰਿਆਂ ਨਾਲ ਰਿਲੇਟ ਨਹੀਂ ਕਰਦਾ ਹੈ, ਤੇ ਚੀਜ਼ ਉਹੀ ਚੱਲਦੀ ਹੁੰਦੀ ਜਿਹੜੀ ਸਾਰਿਆਂ ਨਾਲ ਰਿਲੇਟ ਕਰੇ, ਪਰ ਮੈਨੂੰ ਕੋਈ ਇੰਨਾ ਫਰਕ ਨਹੀਂ ਸੀ, ਮੈਨੂੰ ਸੀ ਕਿ ਮੈਂ ਗਾਣਾ ਰਿਲੀਜ਼ ਕਰਨਾ, ਇਹ ਗਾਣਾ ਮੇਰੇ ਕੈਟਾਲੌਗ 'ਚ, ਮੇਰੀ ਜ਼ਿੰਦਗੀ 'ਚ ਜੁੜਨਾ ਚਾਹੀਦਾ, ਮੈਨੂੰ ਬਸ ਇਹ ਹੈ ਕਿ ਇਹ ਗਾਣਾ ਅਖਿਲ ਦਾ ਹੋਣਾ। ਸੋ ਇਹ ਨਹੀਂ ਸੀ ਕਿ ਇਹਦੇ ਵਿੱਚ ਤੁਹਾਨੂੰ ਰੈਵਨਿਊ ਮਿਲਿਆ ਜਾਏ, ਮੋਨੇਟਾਈਜ਼ ਨਾ ਹੋਇਆ, ਇਹ ਗਾਣਾ ਜੀ ਇੰਨਾ ਹਲੇ ਉਹ ਨਹੀਂ, ਮਤਲਬ ਪੁਸ਼ ਨਹੀਂ ਵੱਜਿਆ ਇਸ ਗਾਣੇ ਨੂੰ, ਪਰ ਮੈਨੂੰ ਇਦਾਂ ਲੱਗਦਾ ਕਿ ਜਿਹੜਾ ਚੰਗਾ ਕੰਟੈਂਟ ਹੁੰਦਾ ਨਾ, ਉਹ ਅੱਜ ਨਹੀਂ ਕੱਲ ਨਹੀਂ ਪਰਸੋਂ ਨੂੰ ਚੱਲਦਾ ਜ਼ਰੂਰ ਹੈ, ਔਰ ਕਦੀ ਨਾ ਕਦੀ ਲੋਕਾਂ ਨੂੰ, ਹੁਣ ਜਿਹੜੇ ਮੈਨੂੰ ਸੁਣਨ ਵਾਲੇ ਹੈਗੇ ਆ, ਮੈਨੂੰ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਗਾਣੇ ਲਈ, ਕੰਪੋਜੀਸ਼ਨ ਬਹੁਤ ਸੋਹਣੀ ਲੱਗ ਰਹੀ ਹੈ, ਸ਼ਿਮਲੇ ਵੀ ਘੁੰਮਣ ਜਾਂਦੀ ਆ, ਉਹਦਾ ਫੈਨ ਪੱਕੀ ਆ, ਵੈਨ ਸਿੱਧੀ ਇੱਕ ਵੀਕ ਚ ਪੱਕੀ ਹੁੰਦੀ ਆ, ਉਹਦੀ ਫਲਾਈਟ ਲੰਡਨ ਤੋਂ ਪੈਰਿਸ ਦੀ, ਖਾਨਾ ਬਦੋਸ਼ ਜਹੀ ਉਹਦੀ ਜ਼ਿੰਦਗੀ ਹੈ, ਪਰ ਸੱਚ ਕਹਾਂ ਤਾਂ ਕਿਆ ਹੀ ਉਹਦੀ ਜ਼ਿੰਦਗੀ ਹੈ, ਉਸ ਸ਼ਹਿਰ 'ਚ ਰੌਣਕ ਆ ਜਾਂਦੀ, ਜਿਸ ਸ਼ਹਿਰ ਨੂੰ ਜਾ ਕੇ ਚੁੰਮਦੀ ਹੈ, ਲੋਕੀ ਖਾਬ ਲੈਂਦੇ ਜਿਵੇਂ ਘੁੰਮਣ ਦੇ, ਕੁੜੀ ਉਦਾਂ ਦੁਨੀਆ ਘੁੰਮਦੀ ਹੈ,
ਖਾਨਾ ਬਦੋਸ਼ ਜਹੀ ਉਹਦੀ ਜ਼ਿੰਦਗੀ ਹੈ ਬਿਊਟੀਫੁਲ ਬਿਊਟੀਫੁਲ ਥੈਂਕ ਯੂ ਸੋ ਮਚ ਅਖੀਲ ਅਗੇਨ ਸਾਡੀ ਪੂਰੀ ਟੀਮ ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਕਿ ਤੁਸੀਂ ਟਾਈਮ ਕੱਢ ਕੇ ਅੱਜ ਸਾਡੇ ਪਹੁੰਚੇ ਹੋਏ ਆ ਸਟੂਡੀਓਜ਼ ਨਹੀਂ ਪਰ ਆਊਟਡੋਰਸ ਆਪਾਂ ਪਹੁੰਚੇ ਅਤੇ ਯੂ ਟੁੱਕ ਟਾਈਮ ਫੋਰ ਦਿਸ ਇੰਟਰਵਿਊ ਜਾਣਦੇ ਹੋਏ ਕੁਛ ਵੀ ਜਿਹੜੇ ਤੁਹਾਡੇ ਅੱਜ ਫੈਨਸ ਵਰਲਡ ਵਾਈਡ ਤੁਹਾਡੇ ਨਾਲ ਜੁੜੇ ਹੋਏ ਸਾਂਝਾ ਟੀਵੀ ਦੇ ਵਿੱਚ ਕੀ ਤੁਸੀਂ ਉਹਨਾਂ ਨੂੰ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਚਾਹੁੰਦਾ ਕਿ ਵਧੀਆ ਮਿਊਜ਼ਿਕ ਸੁਣੋ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰੋ ਵਧੀਆ ਖੁਰਾਕ ਖਾਓ ਨਸ਼ਿਆਂ ਤੋਂ ਦੂਰ ਰਹੋ ਜਿੰਮ ਲਾਓ ਅਤੇ ਸਵਾਦ ਲਓ ਇੱਕ ਹੀ ਲਾਈਫ ਆ ਬੜਾ ਨਾ ਸੋਚੋ ਕੋਈ ਤੁਹਾਡੇ ਬਾਰੇ ਕੀ ਸੋਚ ਰਿਹਾ ਕੌਣ ਕੀ ਕਹੂਗਾ ਇੱਕ ਜ਼ਿੰਦਗੀ ਆ ਇੰਜੋਏ ਕਰੋ ਅਤੇ ਬਹੁਤ ਬਹੁਤ ਥੈਂਕ ਯੂ ਮੇਰੇ ਗਾਣਿਆਂ ਨੂੰ ਔਰ ਮੇਰੀ ਜਰਨੀ ਨੂੰ ਸਪੋਰਟ ਕਰਨ ਲਈ ਮੈਂ ਅੱਜ ਜੇ ਖੁਸ਼ ਹਾਂ ਵਧੀਆ ਲਾਈਫ ਜੀ ਰਿਹਾ ਇਹ ਤੁਹਾਡੇ ਕਰਕੇ ਆ ਤੁਸੀਂ ਮੈਨੂੰ ਇਸ ਯੋਗ ਬਣਾਇਆ ਮੇਰੀ ਐਗਜ਼ਿਸਟੈਂਸ ਤੁਹਾਡੇ ਕਰਕੇ ਆ ਸੋ ਥੈਂਕ ਯੂ ਸੋ ਮੱਚ ਹਰ ਇੱਕ ਉਸ ਬੰਦੇ ਦਾ ਜਿਹਨੂੰ ਮੈਂ ਕਦੀ ਪਰਸਨਲੀ ਮਿਲ ਕੇ ਥੈਂਕ ਯੂ ਨਹੀਂ ਕਹਿ ਪਾਇਆ ਬਹੁਤ ਬਹੁਤ ਸ਼ੁਕਰੀਆ ਥੈਂਕਸ ਫੋਰ ਹੈਵਿੰਗ ਮੀ ਥੈਂਕ ਯੂ ਸੋ ਮੱਚ ਐਂਡ ਜਾਂਦੇ ਹੋਏ ਖੁਆਬ ਅਸੀਂ ਜ਼ਰੂਰ ਤੱਤ ਸੁਣਾਂਗੇ ਹਾਂਜੀ ਯੈਸ ਮੈਂ ਜਦੋਂ ਤੇਰੇ ਖੁਆਬਾਂ ਵਾਲੇ ਰਾਤ ਤੁਰਿਆ ਮੈਂ ਤੁਰਿਆ ਬੜਾ ਨਾ ਮੇਰੇ ਤੋਂ ਜਾਵੇ ਮੁੜਿਆ ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇੜੀਏ ਤੂੰ ਜਾ ਕੇ ਪੁੱਛ ਲੈ ਗਵਾਨੇ ਤਾਰੇੜੀਏ ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣ ਦੇ ਜੋ ਤਾਨੇ ਕੱਸਦੇ ਉਹਨਾਂ ਨੂੰ ਕੱਸ ਲੈਣ ਦੇ ਮੈਂ ਜਦੋਂ ਤੇਰੇ ਖੁਆਬਾਂ ਵਾਲੀ ਰਾਤ ਤੁਰਿਆ ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ ਬਿਊਟੀਫੁਲ ਥੈਂਕ ਯੂ ਸੋ ਮੱਚ ਅਗੈਨ ਅਖੀਲ ਬਹੁਤ ਬਹੁਤ ਧੰਨਵਾਦ ਅਸੀਂ ਇੱਦਾਂ ਹੀ ਚਾਹੁੰਦੇ ਹਾਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਖੁਆਬ ਵਰਗੇ ਹੋਰ ਤੁਹਾਡੇ ਗੀਤ ਹਮੇਸ਼ਾ ਇੱਦਾਂ ਹੀ ਐਵਰਗ੍ਰੀਨ ਰਹਿਣ ਐਂਡ ਇੰਜੋਏ ਯੂਅਰ ਸਟੇ ਇਨ ਵੈਂਕੂਵਰ ਐਂਡ ਵੀ ਲੁੱਕ ਫੋਰਵਰਡ ਟੂ ਹੈਵਿੰਗ ਯੂ ਬੈਕ ਥੈਂਕ ਯੂ ਜੀ ਉਮੀਦ ਕਰਦੀ ਅੱਜ ਦਾ ਸ਼ੋਅ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਸੋ ਦ ਵਨ ਐਂਡ ਦੀ ਓਨਲੀ ਅਖੀਲ ਅੱਜ ਸਾਡੇ ਕੋਲ ਪਹੁੰਚੇ ਹੋਏ ਸੀ ਸੋ ਹਮੇਸ਼ਾ ਜਿਹੜੀ ਚੰਗੀ ਗਾਇਕੀ ਨੂੰ ਸਪੋਰਟ ਕਰੋ ਸਾਡਾ ਵੀ ਫਰਜ਼ ਬਣਦਾ ਆ ਖਾਸ ਕਰਕੇ ਜਦੋਂ ਸਾਡੇ ਨੌਜਵਾਨ ਇਹੋ ਜਿਹੇ ਜਿਹੜੇ ਸਟੈਪਸ ਲੈਂਦੇ ਆ ਤੁਹਾਨੂੰ ਇੰਟਰਟੇਨ ਵੀ ਕਰਦੇ ਆ ਨਾਲ ਦੀ ਨਾਲ ਤੁਹਾਨੂੰ ਇਹਨੂੰ ਬਹੁਤ ਸਿੱਖਣ ਨੂੰ ਮਿਲਦਾ ਕਾਫੀ ਜਿਹੜੀ ਇਹਨਾਂ ਦੀ ਜਰਨੀ ਇੰਸਪੀਰੇਸ਼ਨਲ ਹੈਗੀ ਆ ਸੋ ਮੇਕ ਸ਼ੋਰ ਯੂ ਫੋਲੋ ਹਿਮ ਸਪੋਰਟ ਆਲ ਹਿਸ ਗੀਤ ਅਤੇ ਇੱਦਾਂ ਇੱਦਾਂ ਸਾਡਾ ਵੀ ਤੁਸੀਂ ਮਾਨ ਸਤਿਕਾਰ ਵਧਾਉਂਦੇ ਰਿਹਾ ਕਰੋ ਅਗਲੇ ਹਫਤੇ ਤੁਹਾਡੇ ਵਾਸਤੇ ਇੱਕ ਨਵੀਂ ਅਸੀਂ ਮੁਲਾਕਾਤ ਲੈ ਕੇ ਆਵਾਂਗੇ ਤਦ ਤਾਈ ਤੁਹਾਡੀ ਆਪਣੀ ਸਿੱਖੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ